ਇਹ ਬੰਬ ਧਮਾਕੇ ਦੇ ਵਿੱਚ 87 ਜਿਨ੍ਹਾਂ ਦਾ ਖਾਨਦਾਨ ਸ਼ਹੀਦ ਹੋ ਗਿਆ। ਮੈਂ ਕਿਹਾ ਇਹ ਕੀ ਹੋਇਆ ਸੀ? ਕਹਿੰਦਾ ਕਿਸੇ ਨੇ ਕੰਟਰੋਲ ਆਲ ਕਰਕੇ ਮਾਰਤਾ। ਅਹਿਸਾਸ ਦੇ ਬਾਹਰ ਸੀ ਇਹਨੇ ਛੋਟਾ ਜਿਹਾ ਨਾਲ ਜ਼ੁਲਮ ਬਾਕਸ ਵੀ ਬਣਾਇਆ ਉਹਦੇ ਚ ਕਿਚੀ ਇਹਦੇ ਇੱਕ ਤਾਏ ਨੂੰ ਫਾਲੋ ਹੋ ਗਿਆ ਤੇ ਘਰ ਰੱਖਣ ਲੋ ਜੀ ਤਾਇਆ ਬੂ ਹੈਂਕ ਹੋ ਗਿਆ ਜੀ। ਅਸਲਾਮ ਜੀ ਨਾਜ਼ਰੀਨ, ਟੀ ਟਾਈਮ ਮੈਂ ਖੁਸ਼ ਆਮਦੀਦ ਜੀ, ਆਪ ਦੇਖ ਰਹੇ ਹੈ ਸਜਾਦ ਜਨੀ ਆਫੀਸ਼ਲ। ਨਾਜ਼ਰੀਨ, ਸਭ ਤੋਂ ਪਹਿਲੇ ਆਪਕੋ ਇੱਕ ਬਹੁਤ ਬੜੀ ਖੁਸ਼ਖਬਰੀ ਸੁਣਾਨੇ ਵਾਲਾ ਹੂੰ ਮੈਂ, ਜੋ ਕਿ ਅਨਬਿਲੀਵੇਬਲ ਥਾ ਮੇਰੇ ਲੀਏ, ਨਾਮੁਮਕਿਨ, ਯਾਨੀ ਜਿਸ ਕੀ ਆਸ ਮੈਂ ਖਤਮ ਕਰਕੇ ਭੂਲ ਚੁਕਾ ਥਾ ਕਿ ਭਈ ਯੇ ਕਭੀ ਕਾਮ ਮੇਰਾ ਜੋ ਖਰਾਬ ਹੁਆ ਥਾ ਵੋ ਹੋਗਾ। ਲੇਕਿਨ ਮੈਂ ਆਪਕੋ ਅਕਸਰ ਕਹਿਤਾ ਥਾ ਕਿ ਮੇਰਾ ਨੁਕਸਾਨ ਬਹੁਤ ਕਮ ਹੋਤਾ ਹੈ, ਕੁਦਰਤੀ ਬਾਤ ਹੈ, ਮੇਰਾ ਬਹੁਤ ਕਮ ਨੁਕਸਾਨ ਹੋਤਾ ਹੈ। ਜੀ ਜੀ, ਕੱਲ ਹਮ ਸ਼ੋਅ ਕਰ ਰਹੇ ਥੇ ਔਰ ਮੇਰਾ ਆਈਫੋਨ ਵਹਾਂ ਸੇ ਗਾਇਬ ਹੋ ਗਿਆ। ਆਪ ਸਭੀ ਜੋ ਥੇ ਨਾ ਉਨਕੋ ਖੁਦਾ ਕੀ ਖੁਦਾਈ ਨੇ ਮਾਰਾ। ਮੈਂ ਸਭ ਕਹਿ ਰਹੇ ਆਈਫੋਨ ਕਿੱਧਰ ਗਿਆ, ਆਈਫੋਨ ਕਿੱਧਰ ਗਿਆ, ਉਹ ਕਿਉਂਕਿ ਉਹ ਆਡੀਅੰਸ ਸੀ ਨਾ, ਕਰਾਊਡ ਵੀ ਥਾ, ਤੋ ਉਨਮੇਂ ਸੇ ਬਹੁਤ ਸੇ ਬੰਦੇ ਐਸੇ ਵੀ ਥੇ ਜੋ ਕਿ ਮਤਲਬ ਨਾ ਆਡੀਅੰਸ ਥੀ ਨਾ ਹਮ ਥੇ, ਵੋ ਬੀਚ ਮੇਂ ਕਈ ਬਹੁਤ ਰਸ਼ ਥਾ, ਤੋ ਸਭ ਜਬ ਗਾਇਬ ਹੋਏ ਤੋ ਮੇਰਾ ਫੋਨ ਵੀ ਗਾਇਬ। ਤੋ ਸਭ ਕਹਿ ਰਹੇ ਫੋਨ ਔਰ ਮੈਂ ਕਿਆ ਕਹਿ ਰਿਹਾ ਥਾ, ਜਿਹਨੇ ਕਿਹਾ ਮਿਲ ਜਾਏਗਾ ਠੀਕ ਹੈ, ਫੋਨ ਕਿਤੇ ਨਹੀਂ ਜਾਂਦਾ। ਸਰ ਜੀ ਨਾ, ਨਹੀਂ ਨਹੀਂ ਤੁਹਾਨੂੰ ਪਤਾ ਹੋਣਾ, ਨਹੀਂ ਇਸ ਕੀ ਵਜ੍ਹਾ ਮੈਂ ਆਪਕੋ ਬਤਾਤਾ ਹੂੰ। ਅੱਛਾ, ਆਪਨੇ ਯੇ ਮੱਲੇ ਪੈ ਪੇ ਬਾਤ ਬਾਂਧ ਲੈਣੀ ਪੱਲੇ, ਅੱਜ ਕੀ ਬਾਤ ਹੈ, ਕੋਈ ਬਰਸੋਂ ਪੁਰਾਣਾ ਕਿੱਸਾ ਨਹੀਂ। ਅੱਜ ਦੀ ਗੱਲ ਇਹ ਹੈ ਕਿ ਮੈਂ ਉੱਧਰ ਸਿਲੰਡਰ ਭਰਾਉਣ ਲੱਗਾ, ਮੈਂ ਕਿਹਾ ਯਾਰ ਕਿਚਨ ਦੇ ਵਿੱਚ ਨਾ ਉਹ ਜਿਹੜਾ ਚੁੱਲ੍ਹਾ ਸਾਡਾ ਉਹ ਬੰਦ ਪਿਆ ਅਤੇ ਲਹਿਦਾ ਇੱਕ ਨਿੱਕੀ ਸਿਲੰਡਰੀ ਰੱਖ ਕੇ ਅਤੇ ਇੱਕ ਬੈਂਚ ਰੱਖ ਕੇ ਅਤੇ ਉੱਤੇ ਇੱਕ ਚੁੱਲ੍ਹਾ ਰੱਖਿਆ, ਇਹ ਕੀ ਕਰ ਰਹੇ? ਵਟ ਇਜ਼ ਦਿਸ? ਉਹਨਾਂ ਨੇ ਕਿਹਾ ਜੀ ਕਿ ਇਹ ਜਿਹੜਾ ਨਾ ਸਿਲੰਡਰ ਜਿਹੜਾ ਸਾਡਾ ਕਿਚਨ ਵਾਲਾ ਇਹ ਖਾਲੀ ਹੋ ਗਿਆ। ਠੀਕ ਹੈ, ਠੀਕ ਹੈ ਜੀ। ਇਹ ਗੱਲ ਸੁਣਾਉਣ ਦਾ ਮਕਸਦ ਹੈ ਕਿ ਇਹਨੂੰ ਪੱਲੇ ਬੰਨ ਲੈਣਾ ਆਪਣੀ ਲਾਈਫ 'ਚ, ਇਹਦਾ ਕਹਿੰਦਾ ਕੱਡੀ ਛੋਟੀ ਜਿਹੀ ਗੱਲ ਆ, ਫਿਰ ਇਹਦਾ ਮੈਂ ਤੁਹਾਨੂੰ ਫਾਇਦਾ ਵੀ ਦੱਸਦਾ ਕਿ ਜਨਾਬ ਉਹਨਾਂ ਨੇ ਕਿਹਾ ਜੀ ਇਹ ਖਾਲੀ ਹੋ ਗਿਆ, ਇਹ ਜਿਹੜਾ ਛੋਟਾ ਸਿਲੰਡਰ ਆ ਇਹ ਬਾਹਰ ਜਿਹੜਾ ਜਾਨੀ ਕਿ ਚਾਹ ਨਹੀਂ ਆਪਾਂ ਸ਼ੋਅ ਕਰੀਦਾ, ਉਹ ਜਿੱਥੇ ਇਹ ਖਲੋਤਾ ਹੁੰਦਾ ਜੀ, ਉਹ ਵਾਲਾ ਜਿੱਥੇ ਖਲੋਤਾ ਹੁੰਦਾ ਸੀ, ਵੀ ਤਾਂ ਜੀ ਖਲੋਤਾ ਹੁਣ ਉਹ ਲਿਆਂਦਾ ਇੱਥੇ ਚਾਹੇ ਨਹੀਂ, ਉਧਰ ਗੈਸਟ ਆ ਜਾਂਦੇ ਚਾਹ, ਤੂੰ ਵੀ ਕੰਟੀਨਿਊ ਪਲੀਜ਼। ਉਹ ਲਿਆਂਦਾ ਇਹਨੇ, ਇਹ ਉਹਦੀ ਗੈਸ ਆ। ਮੈਂ ਕਿਹਾ ਇਹ ਜਿਹੜੀ ਤੁਸੀਂ ਗੈਸ ਯੂਜ਼ ਕਰ ਰਹੇ ਹੋ ਇਹ ਗੈਸ ਹੈਗੀ ਜਾਨੀ ਕਿ ਚਾਹ ਵਾਲੇ ਸੈੱਟ ਦੀ, ਉਹ ਸਾਨੂੰ ਇਹ ਸਿਲੰਡਰ 200 ਦਾ, 400 ਦਾ, 500 ਦਾ ਭਰਵਾ ਕੇ ਦਿੰਦੇ ਨੇ ਆਪਣੇ ਸ਼ੋਅ ਵਾਸਤੇ, ਤੁਸੀਂ ਲਿਆ ਕੇ ਇੱਥੇ ਆਪਣੇ ਕਿਚਨ ਦੇ ਵਿੱਚ ਇੱਕ ਚਾਹ ਵੀ ਬਣਾਓ ਤੇ ਇਹ ਬੇਈਮਾਨੀ ਆ, ਨਗੈਰ ਆ। ਫਿਰ ਮੈਂ ਕਿਹਾ ਤੁਸੀਂ ਆਪਣਾ ਸਿਲੰਡਰ ਕਿਉਂ ਨਹੀਂ ਭਰਾ ਰਹੇ? ਕਹਿੰਦੇ ਜੀ ਅਸੀਂ ਸੋਚਿਆ ਕਿ ਉਹਨਾਂ ਨੇ ਜਿਹੜਾ ਭਰਾਉਣਾ ਨਾ, ਜਿਹੜਾ ਉਹ ਭਰਾਉਂਦੇ ਨੇ ਉਹ ਅਸੀਂ ਆਪਣਾ ਭਰਾ ਲਾਂਗੇ ਇੱਥੇ ਵਾਲਾ, ਠੀਕ ਹੈ ਨਾ, ਇਹ ਚੁੱਕੇ ਜਦੋਂ ਸ਼ੋਅ ਕਰਨਾ ਬਾਹਰ ਲੈ ਜਾਇਆ ਕਰਾਂਗੇ, ਫਿਰ ਅੰਦਰ ਲਿਆ ਕਰਾਂਗੇ, ਤੇ ਉਹ ਯਾਨੀ ਉਹ ਭਰਵਾ ਦਿਆ ਕਰਨ, ਸਾਨੂੰ ਵੱਡਾ ਸੀ ਉਹ ਇਹ ਭਰਵਾ ਲਾਂਗੇ। ਓਕੇ, ਮੈਂ ਕਿਹਾ ਕਿਉਂ? ਤੁਸੀਂ ਕਿਹਾ ਕਿਉਂ? ਉਹਨਾਂ ਨੇ ਸਾਨੂੰ, ਅੱਛਾ ਅਗਲੀ ਤੂੰ ਸਾਰੀ ਗੱਲ ਸਮਝ ਗਿਆ ਵੀ ਮੀਸ ਨਾ ਬਣਿਆ, ਤੂੰ ਮੇਰੇ ਕੋਲ ਸੁਣਨੀ ਹੈ ਬਸ। ਹੁਣ ਉਹਨੇ ਕਿ ਉਹ ਸਾਨੂੰ ਸਿਲੰਡਰ ਭਰਾ ਕੇ ਦਿੰਦੇ ਨੇ ਕਿ ਸਾਡੇ ਸੈੱਟ ਦਾ ਸਿਲੰਡਰ, ਉਸ ਸਿਲੰਡਰ ਤੇ ਮੇਰੇ ਹਿਸਾਬ ਨਾਲ ਤੁਸੀਂ ਅੰਦਰ ਲਿਆ ਕੇ ਆਪਣਾ ਪਰਸਨਲ ਜਿਹੜਾ ਉਹ ਤੋਂ ਹਟ ਕੇ ਕੰਮ ਪਕਾਓ, ਤੁਸੀਂ ਉਹ ਚਾਹ ਪੀ ਰਹੇ ਹੋ, ਤੂੰ ਹਰਾਮ ਪੀਏਗਾ ਉਹ ਚਾਹ। ਅਕਸਰ ਬਚਿਆ ਰਹਿੰਦਾ ਮੇਰੇ ਕੋਲ ਮਤਲਬ, ਮੈਂ ਫਿਰ ਜਾ ਕੇ 400 ਕੋ ਕਢਾਇਆ, 150 ਮੈਂ ਕੱਢਿਆ, ਗੱਡੀ ਮੈਂ ਫੋਲੀ, ਕੋਈ 300-400 ਚੋਂ ਨਿਕਲਿਆ, 70 ਅਸੀਂ ਇੱਕ ਕੋ ਪਾਏ, ਉਪਰੋਂ ਨਾਗੀ ਸਾਹਿਬ ਆ ਗਏ, 120 ਉਹਨੇ ਜੇਬ ਚੋਂ ਕਢਾਏ, ਨਾਗੀ ਸਾਹਿਬ ਕੋ, ਉਸ ਤੋਂ ਬਾਅਦ ਸਰ 100 ਇਹਨੇ ਪਾਇਆ, ਯਾਨੀ ਅਸੀਂ ਉਹ ਸਿਲੰਡਰ ਭਰਾ ਲਿਆ। ਵੱਡਾ ਕਿ ਛੋਟਾ? ਵੱਡਾ ਆਪਣੇ ਵਾਲਾ, ਜਿਹੜਾ ਵੱਡੇ ਚ ਥੋੜਾ ਯਾਨੀ ਬਹੁਤਾ ਸਿਲੰਡਰ ਪਵਾ ਲਿਆ, ਛੋਟਾ ਜਿਹੜਾ ਸਾਡਾ ਕਿਚਨ ਵਾਲਾ ਆਪਣਾ ਜ਼ਾਤੀ ਪਰਸਨਲ ਉਹ ਭਰਾ ਲਿਆ, ਭਰਾ ਲਿਆ ਜਿਹੜਾ ਉਹਨਾਂ ਦਾ ਛੋਟਾ ਸੀ ਉਹ ਚੁੱਕ ਕੇ ਬਾਹਰ ਰੱਖ ਦਿੱਤਾ। ਓਕੇ, ਫੁੱਲ 3 ਕਿਲੋ ਪਵਾ ਕੇ ਲਿਆਏ, ਫੁੱਲ ਹੋ ਗਿਆ ਉਹ ਬਾਹਰ, ਉਹਨਾਂ ਦਾ ਉਹਨਾਂ ਨੂੰ ਦੇ ਦਿੱਤਾ, ਉਹਨਾਂ ਨੂੰ ਦੇ ਦਿੱਤਾ ਉਹ ਆਪਣਾ ਆਪਣੇ ਕੋਲ। ਹੁਣ ਅਗਰ ਹੁਣ ਮੈਂ ਕਿਉਂ ਕਹਿੰਦਾ ਮੇਰਾ ਨੁਕਸਾਨ ਨਹੀਂ ਹੁੰਦਾ, ਕਿਉਂਕਿ ਮੈਂ ਕਿਸੇ ਦਾ ਹੱਕ ਨਹੀਂ ਖਾਂਦਾ। ਅੱਛਾ, ਨਹੀਂ ਗੱਲ ਗੈਸ ਦੀ ਨਹੀਂ, ਗੱਲ ਉਸ ਚਾਹ ਦੀ, ਉਹਦੇ ਤੇ ਉਹ ਚਾਹ ਵੀ ਬਣੇਗੀ
ਸਰ ਨਜਾਇਜ਼ ਬਣੇਗੀ ਉਹਦਾ ਤੁਹਾਨੂੰ ਪੁੱਛ ਹੋਏਗੀ। ਇਸ ਤੋਂ ਇਹਨਾਂ ਨੇ ਕੱਲ ਮੈਨੂੰ ਕਿਹਾ ਕਿ ਜੀ ਉਸਤਾਦ ਜੀ ਮੋਬਾਇਲ 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 ਕਿਤੇ ਨਹੀਂ ਕਿਸੇ ਕੋਲ ਨਹੀਂ। ਮੈਂ ਕਿਹਾ ਕਿਤੇ ਜਾ ਹੀ ਨਹੀਂ ਸਕਦਾ, ਕਿਤੇ ਨਹੀਂ ਜਾ ਸਕਦਾ। ਇੰਜ ਮੈਂ ਰਿਲੈਕਸ ਹੋ ਕੇ ਬਾਹਰ ਨਿਕਲਿਆ, ਫਿਰ ਇੱਕ ਤੂੰ ਉੱਥੇ ਹੈ ਨਹੀਂ ਸੀ, ਇੱਕ ਮੈਂ ਉੱਥੇ ਹੈ ਨਹੀਂ ਸੀ। ਅੱਲਾ ਕਰੇ ਕਦੀ ਵੀ ਮੋਬਾਇਲ ਨਾ ਲੱਭੇ, ਠੀਕ ਹੈ। ਇੱਕ ਤੂੰ ਉੱਥੇ ਹੈ ਨਹੀਂ ਸੀ, ਮੈਂ ਤੈਨੂੰ ਫੋਨ ਕੀਤਾ ਕਿਸੇ ਨੇ, ਸਲਮਾਨ ਨੇ ਪੁੱਛਿਆ ਕਿ ਯਾਰ ਉਸਤਾਦ ਨੂੰ ਆਈਫੋਨ, ਤੂੰ ਕਹਿ ਮੇਰੇ ਕੋਲ ਆ। ਮੈਂ ਪੌੜੀਆਂ ਉੱਤਰ ਰਿਹਾ ਸੀ ਉਦੋਂ, ਉਹਨਾਂ ਨੇ ਕਿਹਾ ਜੀ ਫਰੀਦ ਕੋ, ਮੈਂ ਕਿਹਾ ਮੈਨੂੰ ਪਤਾ ਸੀ ਕਿਤੇ ਜਾਣਾ ਹੀ, ਸਮਝ ਆ ਰਹੀ। ਹੁਣ ਇੱਕ ਮੇਰਾ ਲਾਈਫ ਦਾ ਐਸਾ ਨੁਕਸਾਨ ਸੀ ਜਿਹੜਾ ਕਿ ਜਿਹਨੂੰ 8-9 ਸਾਲ ਹੋ ਗਏ ਸੀ, ਢੇਰੀਆਂ ਢਾਤੀਆਂ ਸੀ, ਮੈਂ ਖਤਮ ਹੋ ਗਿਆ ਸੀ। ਅੱਜ ਤੋਂ ਮੈਂ ਤੇਰੀ, ਅੱਜ ਤੋਂ ਮੈਂ ਤੇਰੀ, ਓਕੇ, ਤਕਰੀਬਨ 8 ਸਾਲ ਪੁਰਾਣੀ ਬਾਤ ਹੈ, ਜਬ ਲੋਕ ਕੱਚੇ ਮਕਾਨ ਪੱਕੇ ਹੋਤੇ ਥੇ, ਮੇਰੇ ਪੁਰਾਣੀ ਸੇ ਜ਼ਿਆਦਾ। ਅੱਛਾ, ਮੈਂ ਇੱਕ ਚੈਨਲ ਬਣਾਇਆ ਸੜਦਾ ਬਲਦਾ, ਤੂੰ ਇੱਕ ਬੱਦਲ ਬੇਪਰਵਾਹ, ਕੀ ਮਸਲਾ, ਗੱਲ ਹੋਣ ਡਈ ਵਿੱਚ ਤੂੰ ਚੈਨਲ ਬਣਾਇਆ ਸੜਦਾ ਬਲਦਾ, ਮੈਂ ਇੱਕ ਧਰਤੀ ਸੜਦੀ ਬਲਦੀ। ਅੱਛਾ, ਲੇਕਿਨ ਜਿਹੜਾ ਸੋਲੋ ਪਰਫਾਰਮੈਂਸ ਵਾਲੇ ਸਾਰੇ ਅੱਜ ਕੱਲ ਇਹ ਕੋਈ ਨੀ ਸੀ ਹੁੰਦਾ। ਮੈਂ ਚਾਚਾ ਬੂਟਾ ਕਰਦਾ ਹੁੰਦਾ ਸਰ, ਮੈਂ ਚੈਨਲ ਬਣਾਇਆ, ਮੈਂ ਤੇ ਰਜ਼ਾ ਨੇ ਯੂਕੇ ਵਾਲੇ ਨੇ, ਠੀਕ ਆ। ਉਹਨੇ ਚੈਨਲ ਮੈਨੂੰ ਉਹ ਉਧਰ ਪੜਿਆ ਸੀ, ਯਾਨੀ ਉਹ ਉੱਥੇ ਜੋ ਆ ਉਹ ਇੰਗਲਿਸ਼ ਸਿੱਖ ਲਈ ਉਹਨੇ ਉੱਥੇ ਜਾ ਕੇ, ਉਹ ਇੰਗਲਿਸ਼ ਹੀ ਬੋਲਦਾ, ਉਦਾਂ ਪੜਿਆ ਨਹੀਂ। ਹਾਂ, ਉਹਦੀ ਪੈਦਾਇਸ਼ ਹੈਗੀ ਆ ਉਹਦੀ ਦੁਬਈ ਦੀ, ਦੁਬਈ ਦੀ ਪੈਦਾਇਸ਼ ਆ, ਖੱਜਲ ਖੁਆਰੀ ਉਹਦੀ ਪਾਕਿਸਤਾਨ ਦੀ ਆ। ਉਸ ਤੋਂ ਬਾਅਦ ਹੁਣ ਬਿਜ਼ਨਸ ਉਹਦਾ ਜਿਹੜਾ ਉਹ ਫਾਰਮੈਸੀ, ਠੀਕ ਆ ਜੀ, ਉਹ ਯੂਕੇ ਆ। ਉਹਨੇ ਮੈਨੂੰ ਦੱਸਿਆ ਉਸਤਾਦ ਜੀ ਇੱਦਾਂ ਬਣਨਾ, ਸਾਨੂੰ ਕੁਛ ਨਹੀਂ ਸੀ ਪਤਾ ਕਿ ਸੋਸ਼ਲ ਮੀਡੀਆ ਵਾਲੇ ਕੀ ਹੁੰਦੇ, ਐਕਸਪਰਟ ਕੀ ਹੁੰਦੇ, ਮੋਨੋਟਾਈਜ਼, ਲੇਕਿਨ ਉਹ ਅਸੀਂ ਕਰਾ ਲਿਆ, ਉਹਨੇ ਕਰ ਦਿੱਤਾ ਵੀ ਦੇਖ ਦੇਖ ਕੇ ਮੋਨੋਟਾਈਜ਼ ਹੋ ਗਿਆ। 73,000 ਉਹਦੇ ਸਬਸਕ੍ਰਾਈਬਰ ਹੋ ਗਏ ਉਸ ਚੈਨਲ ਦੇ, ਉਸ ਚੈਨਲ ਦੇ। ਅੱਛਾ, ਉਹਦਾ ਨਾਮ ਸੀ ਡਬਿੰਗ ਮਾਸਟਰ ਸੱਜਾਦ, ਉਦੋਂ ਆਫੀਸ਼ੀਅਲ ਵੀ ਨਹੀਂ ਸੀ ਪਤਾ ਹੁੰਦਾ, ਆਫੀਸ਼ੀਅਲ ਬਾਅਦ ਚ ਨਾਂ ਰੱਖੇ ਲੋਕਾਂ। ਆਹੋ, ਉਹਦੇ ਤੇ ਚਾਚਾ ਬੂਟਾ ਫਲਾਣਾ ਜੋ ਦੇ ਤੇਰੇ ਦੀ ਕਾਪੀ ਰਾਈਟ ਦਾ ਨੀ ਪਤਾ, ਕੋਈ ਮਿਊਜ਼ਿਕ ਕਿੱਥੋਂ ਚੁੱਕ ਕੇ ਲਾਉਣਾ ਕੱਖ ਨੀ ਪਤਾ, ਸਭ ਕੁਛ ਲਾਈ। ਇੱਥੇ ਤੱਕ ਕਿ 150 ਵੀਡੀਓਜ਼ ਨੇ ਤੇ 150 ਦੇ ਥੱਲੇ ਲਿਖਿਆ ਕਿਡਜ਼ ਕੰਟੈਂਟ। ਅੱਛਾ, ਹੁਣ ਮੈਨੂੰ ਨਾ ਪਤਾ ਲੱਗਾ ਕਿ ਯਾਰ ਇਹਦੇ ਨਾਲ ਪੈਸੇ ਆਉਂਦੇ ਆ, ਇਹ ਮੈਂ ਸੁਣਿਆ ਕਿ ਯੂਟਿਊਬ ਤੋਂ ਪੈਸੇ ਆਉਂਦੇ, ਤੇ ਮੈਨੂੰ 1% ਵੀ ਯਕੀਨ ਨਹੀਂ। ਮੈਂ ਸੋਚਿਆ ਨਹੀਂ ਇਹ ਗੱਲਾਂ ਹੀ ਨੇ। ਉਸਤਾਦ ਜੀ ਕੋਈ 4-5-6-7 ਮਹੀਨੇ ਮੈਂ ਵੀਡੀਓਜ਼ ਕਰਦਾ ਰਿਹਾ, ਉਦੋਂ ਮੇਰੀ ਤਨਖਾਹ ਹੁੰਦੀ ਸੀ ਫਰੀ ਸਾਬਰੀ ਸਾਹਿਬ ਕੋਈ 40,000 ਰੁਪਇਆ। ਇਹ ਕਿਹੜੇ ਸਾਲ ਦੀ ਗੱਲ ਹੈ? ਇਹ ਜਨਾਬ ਗੱਲ ਹੈਗੀ ਆ 8 ਸਾਲ ਪਹਿਲੇ, ਜਬ ਤੂੰ ਆਏਗੀ ਮਿਲਨੇ, ਹਮਨੇ ਸੋਚ ਰੱਖਾ ਹੈ ਵੀਡੀਓ ਯੂ ਚੜ੍ਹਾਏਂਗੇ। ਮਸਲਾ ਕੀ ਉਸਤਾਦ? ਅੱਛਾ, 2015-16 ਦੀ ਉਸਤਾਦ ਜੀ ਕੀ ਅੱਲਾ ਦੀ ਕਰਨੀ ਹੋਈ ਆ, ਪਹਿਲੀ ਮੈਨੂੰ ਪੇਮੈਂਟ ਆਈ 80,000 ਰੁਪਇਆ ਆਪਣੀ ਔਲਾਦ ਨਾਲ ਬਦਤਮੀਜ਼ੀ ਕਰਨ ਲੱਗ ਪਿਆ। 3 ਮਹੀਨਿਆਂ ਬਾਅਦ 40,000 ਆ ਰਿਹਾ ਬੰਦੇ ਨੂੰ ਬੰਦਾ, ਤੇ ਮੈਂ ਪਹਿਲੇ ਵੀ ਨੀ ਸੀ ਸਮਝਦਾ ਹੁੰਦਾ, ਤੇ ਮੈਂ ਫਿਰ ਕਿਸੇ ਨੂੰ ਵੀ ਕੁਛ ਨੀ ਸਮਝਣ ਲੱਗ ਪਿਆ, ਤੇ ਮੈਂ 80,000 ਰੁਪਇਆ ਨਾ ਮੈਂ ਦੇਖ ਰਿਹਾ, ਯਕੀਨ ਦਵਾ ਰਿਹਾ ਆਪਣੇ ਆਪ ਨੂੰ, ਯਾਰ ਵਾਕਈ ਆਉਂਦਾ ਹੀ ਉਸਤਾਦ, ਪਤਾ ਵੀ ਨੀ ਲੱਗਦਾ। ਅੱਛਾ, ਉਸ ਤੋਂ ਬਾਅਦ ਮੈਂ ਇੱਕ ਨਾਤ ਮੁਬਾਰਕ ਪੜ੍ਹੀ, ਇੱਕ ਨਾਤ ਮੈਂ ਯੂਟਿਊਬ 'ਤੇ ਸੁਣੀ, ਬਹੁਤ ਪੁਰਾਣੀ, ਮੈਨੂੰ ਬੜੀ ਅੱਛੀ ਲੱਗੀ ਉਹਦੀ ਕੰਪੋਜੀਸ਼ਨ, ਉਹਦਾ ਪੜ੍ਹਨ ਦਾ ਸਟਾਈਲ, ਉਹਨੂੰ ਮੈਂ ਰੀਮੇਕ ਕੀਤਾ, ਰੀ ਰਿਕਾਰਡ ਕੀਤਾ, ਉਹ ਫਿਲਮੀ ਸੀ, ਕਿਸੇ ਫਿਲਮ 'ਚ ਸੀ, ਮੈਂ ਉਹਨੂੰ ਦਫ ਦੇ ਨਾਲ ਕੀਤਾ, ਉਹ ਮੈਂ
अपलोड कराई अपने अपलोडर को उन्हें यूट्यूब दे विचों खाना काबा दे शॉर्ट्स मक्का मदीना दे शॉर्ट्स मक्का दे मदीना दे शॉर्ट्स काट के वो कॉपीराइट वाले चैनल सी उन्हें सोहनी वीडियो ला के ते अपलोड कर दिया फिर जाके काफ गल कर साहब जनाब जी किथे सी फिर भी ओने जो अपलोड कर दिती ओ आया स्ट्राइक ओके उड दी हां एक स्ट्राइक स्ट्राइक आई सानू ईमेल का भी नहीं पता भी ईमेल भी चेक करी दी ओके यानी फुल दरवेश उन्होंने दूजी स्ट्राइक के भी डिलीट कर हाँ सोने आ डिलीट कर यार और ताजी गाला ना होए तीजी तीजी स्ट्राइक चैनल जबागल नथिंग नजामे हस्ती उड़ गया शमसी अंधेरे में बदल गया खत्म हाँ चारों तमान अंधेरा छा गया उम्मीदें टूट गई कॉलो जबत में नुकसान उठा लिया हमने उससे चैनल उससे 80,000 तो उत्तो ही आया थी जिधर बंद हाँ जी ओके मैं तेरे प्यार में पागल ये बात है ऐसे घूमता हूँ अच्छा मैं हूँ किन्ना को तो दुख ले आएगा यार सावला भाई नादरीनिया तेनू मैं दसा केड़ा दर मैं नहीं छड़िया जिथे जिथे कोई मैं पता लगा भी इस बंदे ने भी काम आ भी कर लेंदा वा इतों मेल भेजी दी है इतों आ करीदा वा इतों यूट्यूब ना राबता करीदा चैनलों के सैवन न्यूज़ के एक्सपर्टा इधर दया उधर दया लोहे की चपेड़ी मारा दस मेरे चैनल किदा आएगा समझ आई उस्ताद जी मैं कि सारे ने कहा भाजी मिट्टी कख नहीं होना सस्पेंड हो गया ओके खत्म हो गया हां सबर शुकर करके खलो गए भाई नहीं सबर शुकर करके बह गए याद करो खलोते सी बैठे सगर शुकर सदर शुकर करके बह गए अच्छा बिच बिच मैं ट्राई करता रहा जो जो फिर 5 साल मैं दिल बर्दाश्त हो गया ओके मैं नहीं बनाया चैनल मेरे च मेरे यार ने बना लिया मैं कहा मैं नहीं बनाना यार हूं ना आवे गाना मैं ना हूं कसम उस्ताद जी सीधी सीधी गल करो है कड़ी गल बिच ओ पाजी मेहर साहब तुसी गल नूं नहीं समझना इस तो मैं इन्हां नूं कर रहे सही गल के गल ए होई जनाब जी के मैं हां जी पानी पियां यार डिसाइड हो गया चैनल नूं मैं कहा यार मिट्टी वो 80,000 भी मुक गया 5-7 दिन च हां जी भाण शोक ही चढ़ी पई सी फुट कि तुहानूं पता भी अगो आई भाई ऐसा मैं कहना भी यार देखना एक बंदे का किराए का घर माशाला 2-3 बच्चे पराया शहर 35-40,000 तनखा ਕਿੰਨੀਆਂ ਚੀਜ਼ਾਂ ਐਸੀਆਂ ਹੋਣਗੀਆਂ ਜਿਹੜੀਆਂ ਮੇਰੇ ਬੱਚਿਆਂ ਦਾ ਮੇਰਾ ਖਾਣ ਨੂੰ ਦਿਲ ਕਰਦਾ ਉਹ ਅਸੀਂ ਨਹੀਂ ਖਾ ਸਕਦੇ ਸੀ ਲਾਹੌਰ 'ਚ ਫਿਰ ਮੈਂ ਜਾਸ਼ੀ ਕਰਾਈ ਉਹਨਾਂ ਨੂੰ ਬਣਦੀ ਬਣਦੀ ਸੀ ਮੈਂ ਰਾਈਟੀਆਂ ਖਵਾਈਆਂ ਉਹਨਾਂ ਰਾਈਟ ਸੱਜੀਆਂ ਠੀਕ ਆ ਜੀ ਹਾਂਜੀ ਭੈਣ ਮੈਂ ਉਹਨਾਂ ਨੂੰ ਕਿਹਾ ਦਹੀ ਖਾਓ ਦਹੀ ਰਾਈਟੀਆਂ ਉੱਥੇ ਜਾ ਕੇ ਉਹਨਾਂ ਨੂੰ ਮੈਂ ਕਿਹਾ 2 ਦਹੀ ਵਿਦ ਚਾਵਲ ਲੈ ਕੇ ਆਓ ਸੱਜੀਆਂ ਉਸਤਾਦ ਜੀ ਉਹ ਖਾਧੀਆਂ ਉਸ ਤੋਂ ਬਾਅਦ ਫਿਰ ਖਲੀਫਾ ਖਤਾਈ ਫਿਰ ਅਸੀਂ ਜਨਾਬ ਜੀ ਟਕਾ ਟਕ ਫਿਰ ਯਾਨੀ ਮੈਂ ਮੁਕਾਤਾ 4-5 ਦਿਨਾਂ 'ਚ ਚਲੋ ਫਿਰ ਜਨਾਬ ਆਹ ਚੈਨਲ ਬਣਾ ਲਿਆ ਫਿਰ ਉਸ ਤੋਂ ਬਾਅਦ 24 ਤੇ ਆ ਗਏ ਵੈਸੇ ਸੈਲਰੀ ਅੱਛੀ ਲੱਗ ਗਈ ਕਾਫੀ ਦਿਨ ਫਿਰਨਾ ਸ਼ੁਰੂ ਹੋ ਗਏ ਫਿਰ ਆਹ ਚੈਨਲ ਬਣਾ ਤਾ ਹੁਣ ਇਹ ਚੈਨਲ ਕਿੱਦਾਂ ਬਣਿਆ ਤੁਹਾਨੂੰ ਅੱਜ ਇੱਕ ਬੜੀ ਇਨ ਕਸ਼ਾਫ ਦੱਸਣ ਲੱਗਾ ਮੈਂ ਤੁਹਾਨੂੰ ਇਹ ਚੈਨਲ ਇੱਦਾਂ ਬਣਿਆ ਕਿ ਮੈਂ ਬੈਠਿਆ ਬੈਠਿਆ ਅਤੇ ਮੇਰਾ ਉਸਮਾਨ ਟੀਪੂ ਨਹੀਂ ਉਹ ਦੁਬਈ ਵਾਲੇ ਜਿਹਨਾਂ ਕੋਲ ਆਪਾਂ ਜਾ ਕੇ ਰਹਿੰਦੇ ਹਾਂ ਉਹ ਟੀਪੂ ਰਿਐਕਸ਼ਨ ਉਹ ਹਸਨ ਜਿਹੜਾ ਨਾਲ ਮੇਰੇ ਪੁੱਛਿਓ ਦੱਸਿਓ ਬਗੈਰ ਉਹਨੇ ਆਪੀ ਇਹ ਚੈਨਲ ਬਣਾਇਆ ਜਿਹੜਾ ਬਣਾ ਕੇ ਉਹਨੇ ਸਾਰਾ ਕੁਛ ਕਰਕੇ ਉਹਨੇ ਮੈਨੂੰ ਕਿਹਾ ਭਾਈ ਨੇ ਵੀਡੀਓ ਦਿਓ ਮੈਂ ਤੇ ਅਪਲੋਡ ਕਰਨੀ ਹੈ ਸ਼ੁਰੂ ਕਰੀਏ ਐਡਸੈਂਸ ਵੀ ਦੁਬਈ ਦਾ ਲੱਗਾ ਸਾਰਾ ਕੁਛ ਦੁਬਈ ਉੱਥੇ ਦੁਬਈ ਦਾ ਸੀ ਇਹ ਚੈਨਲ ਅੱਜ ਵੀ
ਇਹਦੇ ਜਿਹੜੇ ਪੁਰਖਾਂ ਦੀ ਹੈ ਨਾ ਡਿਟੇਲ ਉਹ ਸਾਰੀ ਦੁਬਈ ਦੀ ਆ, ਇਹ ਪਿੱਛੋਂ ਦੁਬਈ ਦਾ ਵਾ ਪਿੱਛੋਂ, ਚੈਨਲ ਦੀ ਗੱਲ ਕਰ ਰਿਹਾ ਆਉਣਾ ਮੈਂ ਉਸ ਚੈਨਲ ਤੇ ਹੀ ਆ ਤਵੱਜੋ ਮੇਰੇ ਜਿਹੜਾ ਚੈਨਲ ਨਹੀਂ ਬਣਾਇਆ ਨਾ ਲਾਹੌਰੋਂ ਅਸੀਂ ਆਣ ਡੇ ਸੀ 2019 ਦੀ ਸਟਾਰਟ ਦੀ ਗੱਲ ਹੈ ਤੇ ਤੁਸੀਂ ਮੈਨੂੰ ਕਿਹਾ ਯਾਰ ਫਰੀ ਦੇ ਇੱਕ ਚੀਜ਼ ਵਾ ਚੈਨਲ ਵਾ ਤੇ ਮੈਂ ਵੀ ਪਹਿਲਾਂ ਮੈਂ ਇੱਕ ਵਾਰੀ ਚੈਨਲ ਬਣਾਇਆ ਸੀ ਮੈਂ ਪੈਸੇ ਉਹਦੇ ਆਏ ਸੀ ਮੈਂ ਉਦੋਂ ਵੀ ਤੁਸੀਂ ਇਹ ਗੱਲ ਮੈਨੂੰ ਦੱਸੀ ਮੇਰਾ ਸੋਚ ਵੀ ਦੱਸੀ ਇੱਕ ਦੋ ਵਾਰੀ ਤੁਸੀਂ ਮੈਨੂੰ ਇੱਦਾਂ ਬੈਠੇ ਗੱਲ ਕਰਨ ਡੇ ਤੂੰ ਕਹਿ ਯਾਰ ਏਦਾਂ ਨਾ ਤੁਸੀਂ ਕਿਹਾ ਵੀ ਬਣਦੇ ਚੈਨਲ ਲੋਕੀ ਇਹਦੇ ਤੋਂ ਮੈਂ ਕਿਹਾ ਉਸਤਾਦ ਜੀ ਚੈਨਲਾਂ ਤੋਂ ਅਰਬਾਂ ਰੁਪਈਆ ਲੱਗਦਾ ਤੁਸੀਂ ਕਿਹਾ ਨਹੀਂ ਇਹ ਉਹ ਚੈਨਲ ਆ ਜਿਹੜੇ ਤੁਸੀਂ ਆਪ ਬਣਾ ਸਕਦੇ ਹੋ ਉਦੋਂ ਇਹ ਗੱਲ ਹੋਈ ਸੀ 2019 ਦੀ ਹਾਂ 2019 ਕੇ ਚੁੰਮੀ ਅੱਛਾ ਲਓ ਜੀ ਕੁੰਮੀ ਉਹ ਜਨਾਬ ਜੀ ਇਹ ਚੈਨਲ ਸ਼ੁਰੂ ਹੋ ਗਿਆ ਮੈਂ ਸ਼ੁਰੂ ਕਰਤਾ ਚੱਲ ਮੇਰੀ ਤਵੱਜੋ ਇੱਧਰ ਹੋ ਗਈ ਠੀਕ ਆ ਉਸ ਤੋਂ ਬਾਅਦ ਜਨਾਬ ਜੀ ਉਹ 2-3 ਮਹੀਨੇ ਨੇ ਖੈਰ ਉਹਦੇ ਅੱਧਾ ਕਿੱਧਰ ਕਨਵਰਟ ਕਰਾ ਲਿਆ ਯਾਨੀ ਬੈਂਕ ਇੱਧਰ ਦਾ ਲਾ ਲਿਆ ਉਹਦੀ ਡਿਟੇਲ ਉੱਧਰ ਰਹਿ ਗਈ ਯਾਨੀ ਕਾਫੀ ਮਿਕਸ ਜਿਹਾ ਹੋ ਗਿਆ ਹਾਲੇ ਵੀ ਪੈਸੇ ਇਹਦੇ ਜਿਹੜਾ ਇਹਦੀ ਬੁਣਤ ਕਰੀ ਹੈ ਨਾ ਅਗਰ ਯੂਟਿਊਬ ਦੇਖਣ ਯੂਟਿਊਬ ਵਾਲਿਆਂ ਦੇ ਖਾਤੇ 'ਚ ਤਾਂ ਇਹ ਦੁਬਈ ਦਾ ਹੀ ਚੈਨਲ ਆ ਦੁਬਈ ਹੀ ਇਹਦਾ ਬਣਿਆ ਉਹਦੀ ਬਹੁਤ ਸਾਰੀਆਂ ਜਿਹੜੀ ਇਨਫੋਰਮੇਸ਼ਨ ਨੇ ਉਹ ਦੁਬਈ ਦੀਆਂ ਅੱਜ ਵੀ ਲੱਗੀਆਂ ਓਕੇ ਠੀਕ ਆ ਜੀ ਅੱਛਾ ਉਹ ਕਰਦੇ 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 ਤੈਮੂਰ ਪਰਦੇਸੀ ਆਪਣਾ ਹੁਣ ਮੈਨੂੰ ਲੋੜ ਪੈ ਗਈ ਕਿ ਯਾਰ ਇਹ ਵੀ ਚੈਨਲ ਨਾਲ ਜਾਂਦਾ ਰਹੇ ਇੱਕ ਬੰਦਾ ਮੇਰੇ ਕੋਲ ਹੋਣਾ ਚਾਹੀਦਾ ਕੋਈ ਐਸਾ ਮੈਂ ਤੈਮੂਰ ਦੀਆਂ ਵੀਡੀਓ ਦੇਖਦਾ ਹੁਣ ਤੈਮੂਰ ਪਰਦੇਸੀ ਇਹਦੇ ਦੇਖ ਦੇਖ ਕੇ ਮੈਂ ਚੈਨਲ ਨੂੰ ਸੈੱਟ ਕਰਨਾ ਕੀ ਕਹਿ ਰਿਹਾ ਫਿਰ ਇਹਦਾ ਨੰਬਰ ਆਇਆ ਮੈਂ ਇਹਨੂੰ ਫੋਨ ਕੀਤਾ ਇਹਨੂੰ ਮੈਂ ਮਿਲਿਆ ਮਿਲ ਕੇ ਜਿੱਥੇ ਆਪਾਂ ਸਭ ਤੋਂ ਪਹਿਲੇ ਉਹ ਮੁਸ਼ਾਇਰਾ ਕਰਦੇ ਹੁੰਦੇ ਸਾ ਘਰ ਸੋਫਿਆਂ ਦੇ ਪੈ ਕੇ ਉੱਥੇ ਆਇਆ ਹੈ ਇਹਦੇ ਨਾਲ ਗੱਲਬਾਤ ਹੋਈ ਉਸ ਆਸਤਾ 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 ਸਾਰੇ ਫਿਰ ਇੰਨਾ ਪਿਆਰ ਪੈ ਗਿਆ ਮਤਲਬ ਫੈਮਿਲੀ ਤਲਕ ਵਾਲਾ ਹਿਸਾਬ ਹੋ ਗਿਆ ਅੱਛਾ ਜੀ ਪਰਸੋਂ ਰਾਤ ਹੋਲੀ ਹੋਲੀ ਪਰਸੋਂ ਪਰਸੋਂ ਰਾਤ ਇੱਥੇ ਹੀ ਸੀ ਸਾਰੇ ਅਸੀਂ ਯਾਰ ਇੱਕ ਮਿੰਟ ਜੀ ਅੱਛਾ ਕੰਮ ਦੀ ਗੱਲ ਸੁਣ ਲਓ ਜੀ ਪਰਸੋਂ ਰਾਤ ਫੈਲੀ ਹੈ ਤੇਰੇ ਸੁਰਮਈ ਆਂਚਲ ਕੀ ਤਰ੍ਹਾਂ ਪਰਸੋਂ ਰਾਤ ਇਕਦਮ ਮੇਰੇ ਨਾ ਜ਼ਿਹਨੇ ਜ਼ਿਹਨੇ ਬੈਠ ਚ ਆਇਆ ਸੁਜੀ ਇੱਕ ਮਿੰਟ ਇੱਕ ਮਿੰਟ ਪਰਸੋਂ ਰਾਤ ਤੁਹਾਡੇ ਜ਼ਿਹਨੇ ਜ਼ਿਹਨੇ ਬੈਠ ਚ ਆਇਆ ਨਹੀਂ ਬੈਠੇ ਬੈਠੇ ਜ਼ਿਹਨ ਚ ਆਇਆ ਓ ਯਾਰ ਖੁਦਾ ਦਾ ਨਾਮ ਉਸਤਾਦ ਜੀ ਕੀ ਕਰਦੇ ਹੁੰਦੇ ਮੇਰੇ ਬੈਠੇ ਬੈਠੇ ਜ਼ਿਹਨ ਚ ਆਇਆ ਤੇ ਮੈਂ ਇਹਦੇ ਨਾਲ ਗੱਲ ਇਹਨੂੰ ਮੈਂ ਮੈਸੇਜ ਕੀਤਾ ਤੈਮੂਰ ਇਹਨੂੰ ਉਸ ਦਿਨ ਹਾਲਾਂਕਿ ਕਦੀ ਵੀ ਨਹੀਂ ਇੱਦਾਂ ਹੁੰਦਾ ਕਿ ਵੀ ਇਹ ਫੋਰਨ ਜੋ ਆਏਗਾ ਆਪਣੀ ਮਤਲਬ ਬਿਜ਼ੀ ਹੁੰਦਾ ਪਤਾ ਨਹੀਂ ਕਿੱਥੇ ਇਹ ਹਾਲਿਆਂ 'ਚ ਸੀ ਜਿਵੇਂ ਪਹਿਲੀ ਮੇਰੇ ਇੰਤਜ਼ਾਰ 'ਚ ਹੁੰਦਾ ਜਦੋਂ ਉਸਤਾਦ ਜੀ ਚੱਕਰ ਚੱਲਣਾ ਕਹਿੰਦਾ ਹਾਂਜੀ ਜਾਨੀ ਭਾਈ ਮੈਂ ਕਿਹਾ ਯਾਰ ਤੈਮੂਰ ਮੇਰਾ ਇੱਕ ਚੈਨਲ ਸੀ ਫਲਾਂ ਸਾਲ ਪੁਰਾਣੇ ਇੱਦਾਂ ਯਾਰ ਉਹ ਵਾਪਸ ਆ ਸਕਦਾ ਕਹਿੰਦਾ ਉਹਦਾ ਕੀ ਹੋਇਆ ਸੀ ਮੈਂ ਕਿਹਾ ਇੱਦਾਂ ਇੱਦਾਂ ਹੋਇਆ ਸੀ ਕਹਿੰਦਾ ਮੈਨੂੰ ਉਹਦਾ ਜੀਮੇਲ ਦਿਓ ਕਿਸ ਜੀਮੇਲ 'ਤੇ ਬਣਿਆ ਸੀ ਮੈਂ ਉਹਨੂੰ ਜੀਮੇਲ ਸੈਂਡ ਕਰਤਾ ਉਦੋਂ ਦਾ ਹੀ ਜੀਮੇਲ ਖੋਲ੍ਹਿਆ ਮੈਨੂੰ ਕਹਿੰਦਾ ਉਹਦਾ ਪਾਸਵਰਡ ਮੈਂ ਕਿਹਾ ਮੈਨੂੰ ਯਾਦ ਹੀ ਨਹੀਂ ਕਹਿੰਦਾ ਇਹਨੂੰ ਰੀਸੈਟ ਕਰੋ ਪਾਸਵਰਡ ਨੂੰ ਰੀਸੈਟ ਕੀਤਾ ਅਤੇ ਉਹ ਫੋਨ ਨੰਬਰ ਜਿਹੜਾ ਲੱਗਾ ਸੀ ਉਹ ਪਤਾ ਨਹੀਂ ਕਦੋਂ ਦਾ ਬੰਦ ਹੋ ਗਿਆ ਫਿਰ ਉਹ ਈਮੇਲ ਇੱਕ ਜਿਹੜੀ ਮੈਂ ਸੈਕਿੰਡ ਲਾਈ ਸੀ ਨਾ ਉਹ ਮੇਰੇ ਖੁੱਲ੍ਹੀ ਸੀ ਉਹ ਕੁਦਰਤੀ ਸਾਰਾ ਕੁਛ ਹੁੰਦਾ ਗਾ ਸਾਜੂ ਈਮੇਲ 'ਤੇ ਕੋਡ ਆਇਆ ਮੈਂ ਉਹਨੂੰ ਰੀਸੈਟ ਕਰਕੇ ਪਾਸਵਰਡ ਦਿੱਤਾ ਅਤੇ ਮੈਂ ਸੌਂ ਗਿਆ ਸਵੇਰੇ 2 ਵਜੇ ਮੈਨੂੰ ਉਹਦਾ ਫੋਨ ਆਇਆ ਦੇਖ ਲਾ ਜਦੋਂ ਟਾਈਮ ਪੂਰਾ ਹੋਇਆ ਹੋਵੇ ਬੜੀ ਮੈਂ ਕਿਹਾ ਹੈਲੋ ਨਾਸਤਾ ਉੱਥੇ ਹੀ ਤਬੀਅਤ ਮਿੱਟੀ ਹੋ ਗਈ ਕਿ ਉਸਤਾਦ ਕਿੱਡਾ ਕੁ ਮੈਨੂੰ ਝਟਕਾ ਲੱਗਾ ਉਹ ਜਦੋਂ ਉਹਨੇ ਗੱਲ ਕਹੀ ਹੈ ਕਿ ਜਾਨੀ ਭਾਈ ਨਹੀਂ ਆਇਆ ਵਾਪਸ ਮੇਰੀ ਅੱਗੋ ਕੀ ਵਾਸ ਨਿਕਲੀ ਆ ਕੇ ਨਹੀਂ ਉਹ ਨਹੀਂ ਕਹਿੰਦਾ ਹਾਂਜੀ ਮੈਂ ਕਿਹਾ ਨਹੀਂ ਯਾਰ ਕਿੱਦਾਂ
ਹੁਣ ਮੈਨੂੰ ਇਹ ਸੀ ਕਿ ਫੋਨ ਬੰਦ ਕਰੇ ਤੇ ਮੈਂ ਜਲਦੀ ਜਲਦੀ ਉਹਨੂੰ ਦੇਖਾਂ। ਮੈਂ ਕਿਹਾ ਅੱਛਾ, ਕਹਿੰਦਾ ਦੇਖੋ ਚੈੱਕ ਕਰੋ। ਉਸਤਾਦ ਜੀ ਮੈਂ ਖੋਲਿਆ ਡੱਬਿੰਗ ਮਾਸਟਰ ਸੁਜਾਤ ਠੱਕ ਵੀਡੀਓਸ, 150 ਵੀਡੀਓ ਉਹਦੇ 'ਤੇ ਚਾਚੇ ਬੂਟੇ ਦੀਆਂ ਉਹ ਪਈਆਂ ਜਿਹੜੀਆਂ ਤੂੰ ਕਦੇ ਵੇਖੀ ਨਹੀਂ ਹੋਣੀਆਂ। ਮੋਨੇਟਾਈਜੇਸ਼ਨ ਸਭ ਕੁਛ ਵਾਪਸ ਤੇ ਚੈਨਲ ਆ ਗਏ। ਅੱਛਾ, ਉਹਦੇ ਤੇ ਬਹੁਤ ਬਹੁਤ ਮਜ਼ੇਦਾਰ ਕੰਟੈਂਟ ਪਿਆ ਵਾ ਉਹਦਾ, ਇਹ ਸਮਾਰਟ ਪੇਟ ਨਾਲ ਇਹ ਪੂਰੀ ਵੀਡੀਓ ਵੇਖੀ ਨਿਜ਼ਾਮ, ਠੀਕ ਆ ਜੀ। ਫਿਰ ਸਿਆਹ ਸੱਤ ਜਿਹੜਾ ਮੈਂ ਕਰਦਾ ਸੀ ਉਹ ਵੀ ਉਹਦੇ ਤੇ ਅਪਲੋਡ ਹੁੰਦਾ ਰਿਹਾ, ਫਿਰ ਚਾਚਾ ਬੂਟਾ ਉਹਦੇ ਤੇ, ਫਿਰ ਹੋਰ ਉਹਦੇ ਤੇ ਗਾਣੇ ਉਹਦੇ ਤੇ, ਜਿਹੜੇ ਸਭ ਤੋਂ ਮਜ਼ੇਦਾਰ ਦੀ ਗੱਲ ਉਹ ਜਿਹੜੀ ਨਾਤ ਮੈਂ ਕੀਤੀ ਸੀ ਉਹ ਉਹਦੇ ਤੇ। ਉਹ ਵਾਹ ਯਾਰ, ਕਿੱਥੇ ਲਿਆ ਵੇਖੀ ਯਕੀਨ ਕਰੋ। ਅੱਛਾ, ਉਹਨੂੰ ਹੁਣ ਨਾ ਫੋਰਨ ਫੋਰਨ ਜਲਦੀ ਜਲਦੀ ਨਾ ਉਹਨੂੰ ਸਬਸਕ੍ਰਾਈਬ, ਉਹਦੀਆਂ ਸਾਰੀਆਂ ਵੀਡੀਓ ਵੇਖਣੀਆਂ ਸ਼ੁਰੂ ਕਰ ਦਿਓ। ਵਾਹ ਇਹ ਐਸ ਐਲ ਦੀਆਂ ਤੁਸੀਂ ਪਿਛਲੀਆਂ ਵੀਡੀਓ ਵੇਖ ਦੇਣਾ, ਹੁਣ ਉਹਨੂੰ ਸ਼ੁਰੂ ਕਰ ਦਿਓ ਵੇਖਣਾ ਫੋਰਨ ਤੋਂ ਪਹਿਲੇ। ਇਹਨਾਂ ਲਈ ਤੇ ਨਵਾਂ ਹੀ ਹੈ ਨਾ ਉਸਤਾਦ ਜੀ ਤੁਹਾਡੇ ਲਈ? ਨਹੀਂ, ਕਈ ਐਸੇ ਸਬਸਕ੍ਰਾਈਬਰ ਹੋਣਗੇ ਮੇਰੇ ਹਿਸਾਬ ਨਾਲ ਜਿਹੜੇ ਜਿਨ੍ਹਾਂ ਨੇ ਉਹ ਵੀ ਸਬਸਕ੍ਰਾਈਬ ਕੀਤਾ ਹੋਇਆ। ਅੱਛਾ, ਤੁਹਾਨੂੰ ਉਹਦਾ ਐਡਵਾਂਟੇਜ ਇਹ ਵੀ ਹੈ ਨਾ ਕਿ ਤੁਹਾਡਾ ਕਿਹੜਾ ਪੁਰਾਣੀ ਮੈਮਰੀ, ਲੋਸਟ ਮੈਮਰੀ ਉਹ ਆਈ ਤੁਹਾਡੇ ਕੋਲ ਜਿਹਦੇ ਚਾਚਾ ਬੂਟੇ ਦੇ ਮਾਸਟਰ ਪੀਸਿਸ। ਹਾਂ, ਚਾਚੇ ਅਕਸਰ ਦੱਸਦੇ ਸੀ ਕਿ ਲਾਹੌਰ, ਫਿਰ ਇੱਕ ਮੈਂ ਲਤੀਫਿਆਂ ਨਾਲ ਸ਼ੁਰੂ ਕੀਤਾ ਸੀ, ਐਵੇਂ ਆਜ ਕਾ ਲਤੀਫਾ ਛੋਟਾ ਜਿਹਾ, ਮੈਂ ਲਤੀਫਾ ਕੋਹਿਨੂਰ ਚੈਨਲ 'ਚ ਬੈਠੇ। ਤੁਸੀਂ ਅਕਸਰ ਦੱਸਦੇ ਸੀ ਕਿ ਡੀਐਮ ਸਜਾਦ ਜਾਂ ਡਬਿੰਗ ਮਾਸਟਰ ਸਜਾਦ ਨਾਂ ਦੇ ਮੈਂ ਚੈਨਲ ਸੀ ਤੇ ਉਹ ਇਦਾਂ ਬੰਦ ਹੋ ਗਿਆ, ਆ ਗਿਆ ਵਾਪਸ, ਆ ਗਿਆ ਵਾਪਸ। ਹੁਣ ਸਾਡੇ ਕੋਲ 6 ਹੋ ਗਏ ਮਾਸ਼ਾਅੱਲਾ। ਹੁਣ ਕਿੱਡਾ ਕੁ ਹੋਇਆ ਠੀਕ ਜਵਾਨ? ਓਡਾ ਹੀ ਉਹਨਾਂ ਨੇ ਉੱਥੋਂ ਹੀ ਦਿੱਤਾ, ਉਹਨਾਂ ਨੇ ਰੋਕਤੀ ਸੀ ਉਹਦੀ ਗਰੋਥ 8 ਸਾਲ ਦਾ। ਨਾਦਰੀ ਨੂੰ ਤਾਂ ਮੈਂ ਲਿੰਕ ਦੇ ਦਿੰਦਾ, ਉਹ ਚੈਨਲ ਦੇਖਣਾ, ਉਹਦੀ ਵੀਡੀਓ ਦੇਖਣਾ, ਉਹਨੂੰ ਸਬਸਕ੍ਰਾਈਬ ਵੀ ਕਰ ਲਓ ਉਹਦੇ 'ਤੇ। ਹੁਣ ਉਸਤਾਦ ਮੈਂ ਸੋਚ ਰਿਹਾ, ਕਿਉਂਕਿ ਉੱਥੇ ਜ਼ਿਆਦਾ ਡੱਬਿੰਗ ਆ, ਉੱਥੇ ਡੱਬਿੰਗ ਹੀ ਸ਼ੁਰੂ ਕਰ ਦਊਂਗਾ। ਡੱਬਿੰਗ ਹਫ਼ਤੇ ਦੇ ਕੋਈ 1-2-3 ਕਲਿੱਪ ਡੱਬਿੰਗ ਦੇ, ਜਾਨਵਰਾਂ ਦੀ ਡੱਬਿੰਗ ਸ਼ੁਰੂ ਕਰੋ। ਹਾਂ, ਉਹ ਆਪਣਿਆਂ ਦੀ ਉਹੀ ਕਹਿੰਦੇ ਆ, ਉਹ ਨੀ ਕਰਨੀ, ਚੁੱਪੀ ਰਿਹਾ ਕਰ। ਲੈ ਵੀ ਤੂੰ ਹਿੱਟ ਹੋਣ ਲੱਗਾ ਹੀ, ਕਹਿ ਵੀ ਤੂੰ ਵੀ ਸਟਾਰ ਬਣ ਗਿਆ। ਸਾਹ ਜੀ ਵੀਡੀਓ ਬਣਾ ਕੇ ਨਾ ਕਿਸੇ ਮਤਲਬ ਦੋ ਖੋਤੇ ਖਲੋਤੇ ਉਹਨਾਂ ਦੀ ਆਪਸ ਚ ਕਨਵਰਸੇਸ਼ਨ, ਤੂੰ ਕਰ ਗੁਫ਼ਤਗੂ ਦੋਵੇਂ ਕਰ ਰਹੇ ਨੇ, ਉਹ ਕਹਿੰਦੇ ਪਾਨ ਖਵਾ ਮੈਨੂੰ, ਉਹ ਕਰਦੇ ਆ ਕੋਈ ਬਿੱਲੀ ਜਾਂ ਮਤਲਬ ਨੱਸੀ ਭੱਜੀ ਫਿਰਨ ਡਈ ਆ ਉਹਦੇ ਤੇ। ਉਹ ਫਿਰ ਆਪਣੀ ਯੂਟਿਊਬ ਚੈਨਲ ਵਾਲਾ ਕੰਟੈਂਟ ਇੱਥੇ ਨਹੀਂ ਹੁੰਦਾ। ਅੱਛਾ ਜੀ, ਜਿੱਦਾਂ ਸਾਡੀ ਯੂਟਿਊਬ ਆ, ਚੈਨਲ ਦੀ ਆਪਣੀ ਇੱਦਾਂ ਇੱਕ ਵੈਬਸਾਈਟ ਆ ਵੀਡੀਓਜ਼ ਦੀ। ਤੂੰ ਗੌਰ ਨਹੀਂ ਕਰ ਰਿਹਾ, ਤੂੰ ਅੱਜ ਯੂਟਿਊਬ ਤੇ ਕਦੀ ਦੇਖਿਆ ਚਾਈਨੀਜ਼ ਕੰਟੈਂਟ, ਚਾਈਨੀਜ਼ ਵੀਡੀਓ ਦੇਖ ਸੋਚ ਜ਼ਰਾ। ਹਾਂ ਨਹੀਂ, ਹਰ ਦੁਨੀਆ ਦੇ ਮੁਲਕ ਦੀ ਆ ਚਾਈਨੀਜ਼ ਦੀ, ਦਹਾ ਚਾਈਨੀਜ਼ ਕਿੰਨੀ ਕਿੱਡਾ ਵੱਡਾ ਮੁਲਕ ਆ ਚਾਈਨਾ, ਉਹਦੀ ਕਦੀ ਵੀਡੀਓ ਤੇਰੇ ਆਈ ਕਦੀ ਦੇਖਦੇ ਦੇਖਦੇ? ਨਹੀਂ, ਕਿ ਚਾਈਨੀਜ਼ ਨੇ ਕੋਈ ਕੀਤਾ ਹੋਵੇ ਚਾਈਨਾ 'ਚ ਕੁਛ ਹੋਇਆ, ਉਹਨਾਂ ਦੀ ਉਹ ਯੂਟਿਊਬ ਯੂਜ਼ ਹੀ ਨਹੀਂ ਕਰਦੇ, ਮੰਨਦੇ ਹੀ ਨਹੀਂ ਚਾਈਨਾ ਦੀ, ਨਹੀਂ ਉਹ ਯੂਟਿਊਬ ਹੋਣੀ। ਫਿਰ ਉਹਨਾਂ ਦੀ ਜਿਹੜੀ ਆਪਣੀ ਹੈ ਨਾ ਟਿਊਬ ਜਿਹੜੀ ਵੀ ਉਹਨਾਂ ਦੀ, ਉੱਥੋਂ ਵੀਡੀਓ ਡਾਊਨਲੋਡ ਕਰੋ, ਹਾਂ ਉਹਦੇ ਤੇ ਡਬਿੰਗ ਕਰੋ ਤੇ ਇੱਧਰ ਯੂਟਿਊਬ ਤੇ ਪਾਓ। ਲੇਕਿਨ ਉਹ ਪਤਾ ਨਹੀਂ ਲੱਗਣਾ ਵੀ ਉਹ ਕਿਹੜੇ ਕਿਹੜਾ ਕੀ ਮਤਲਬ, ਨਾ ਲੱਗੇ ਸਕ੍ਰਿਪਟ ਦਾ ਤੇ ਪਤਾ ਲੱਗੂਗਾ। ਹਾਂ, ਸਕ੍ਰਿਪਟ ਦਾ ਪਤਾ ਲੱਗੂਗਾ ਦੇਖ ਕੇ। ਚਾਈਨੀਜ਼ ਮਾਸ਼ਾਅੱਲਾ ਸਾਰੇ ਇੱਕੋ ਜਿਹੇ ਨੱਕ, ਇੱਕੋ ਜਿਹੇ ਮੂੰਹ ਨੇ, ਕਿੰਨੇ ਆ ਉਹਨਾਂ ਦਾ ਪਤਾ ਨਹੀਂ ਲੱਗਦਾ ਵੀ ਕਿਹੜਾ ਆ। ਏਦਾਂ ਹੀ ਉਹ ਸਾਨੂੰ ਕਹਿੰਦੇ ਆ। ਨਹੀਂ ਨਹੀਂ ਸਾਡੇ, ਮੈਂ ਕਹਿੰਦਾ ਅਸੀਂ ਦੁਨੀਆ ਦੇ ਕਿਤੇ ਚੱਲੀਏ ਦੂਰੋਂ ਦੇਖ ਕੇ ਕਹਿੰਦੇ ਨੇ ਏਸ਼ੀਅਨ ਨੇ, ਸਾਰੇ ਇੰਡੀਅਨ ਹੀ ਆ, ਪਾਕਿਸਤਾਨੀ ਨੇ ਸਾਰੇ, ਉਹ ਏਸ਼ੀਅਨ ਹੈ ਸਾਡੀ ਰੰਗਤ ਵੱਲ ਜਸਾਮਤ ਵੱਲ ਨਹੀਂ ਭਾਜਣ ਦੇ। ਨਹੀਂ ਸਾਡੇ ਸਾਡੇ ਨਕਸ਼ਨੈਣ ਯੇ ਵੋ ਸਾਡਾ ਰੁਕ ਪੁੜਾ, ਉਹਨਾਂ ਨੂੰ ਅਸੀਂ ਇੱਕੋ ਜਿਹੇ ਲੱਗਦੇ ਹਾਂ। ਯੂਰਪ ਦੇ ਵਿੱਚ ਉਹ ਆਪਣੇ ਦੇਖ ਨਾ, ਸਾਡੀਆਂ ਅੱਖਾਂ ਦਾ ਮਤਲਬ ਸਾਡੀਆਂ ਜਿਹੜੀਆਂ ਅੱਖਾਂ ਦਾ ਇੱਕ ਸਟਾਈਲ ਹੈ ਨਾ ਇੰਡੀਅਨਸ ਦਾ, ਏਸ਼ੀਅਨ ਦਾ, ਇਹ ਇੱਕ 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 ਕੈਟਾਗਰੀ ਦੇ ਵਿੱਚ ਆ, ਕਿਸੇ ਦੀ ਮੋਟੀ ਚਾਈਨੀਜ਼ ਵਰਗੀ ਕਿਸੇ ਦੀ ਨਹੀਂ ਹੋ ਗਈ, ਬਰੀਕ ਕਿਸੇ ਦੀ ਨਹੀਂ ਹੋ ਗਈ, ਇੰਝ ਇੱਕੋ ਜਿਹਾ ਲੱਗੇ ਇਹ ਅੱਖਾਂ ਦਾ ਹਿਸਾਬ ਕਿਤਾਬ ਆ, ਜਿਹੜਾ ਉਹਨਾਂ ਦੀਆਂ ਅੱਖਾਂ ਦਾ ਹਿਸਾਬ ਕਿਤਾਬ ਨਾ ਇਹ ਟੈਪ ਇਹ ਹੈ। ਹਾਂਜੀ ਠੀਕ ਆ ਨਾ, ਇਹ ਉਹਨਾਂ ਦਾ ਹਿਸਾਬ ਕਿਤਾਬ, ਲੇਕਿਨ ਇਹਦੇ ਵਿੱਚ ਉਹਨਾਂ ਦੀ ਕੈਟਾਗਰੀ ਉਹ ਪਛਾਣ ਲੈਂਦੇ ਆ
ਜਿਹੜੇ ਮਰਜ਼ੀ ਮੁਲਕ 'ਚ ਇਹਨੂੰ ਭੇਜੋ ਮੇਰੇ ਯਾਰ ਨੂੰ, ਨਹੀਂ ਪਤਾ ਚੱਲੇਗਾ, ਇਹ ਮੂੰਹ ਗਿੱਲਾ ਕਰਦਾ ਵਾ ਜਿੱਦਾਂ ਦਾ ਮਰਜ਼ੀ ਬਣਾ ਲੈਂਦਾ। ਹਾਂਜੀ ਨਾਲ ਮੇਰੀ ਗਾਰਮੈਂਟਸ ਦੀ ਦੁਕਾਨ ਬਣਵਾ ਦੇ, ਅਸੀਂ ਦੋਵੇਂ ਕਰੀ ਜਾਵਾਂਗੇ ਚੁੱਪ ਕਰਕੇ। ਅੱਛਾ, ਕਹਿੰਦੇ ਨੇ ਦੁਨੀਆਂ ਤੇ 7 ਸ਼ਕਲਾਂ ਹੁੰਦੀਆਂ ਇੱਕ ਬੰਦੇ ਦੀਆਂ। ਕੌਣ ਕਹਿੰਦਾ? ਆ ਇੱਥੇ ਬੰਦਾ ਇੱਕ ਬਾਹਰ ਬੈਠਾ, ਉਹ ਕਹਿੰਦਾ ਝੂਠ ਬੋਲਦਾ। ਉਸਤਾਦ ਜੀ, ਸਾਰੀ ਦੁਨੀਆਂ ਇੱਕ ਤਹਿਕੀਕ ਹੈ, ਤੇਰੇ ਕੋ ਕਿੰਨੀ ਹੈ? ਮੇਰਾ ਆਪਣਾ ਇੱਕ ਹਮਸ਼ਕਲ ਇੱਥੇ ਦਾ ਹੀ ਆ ਉਸਤਾਦ ਜੀ, ਉਹ ਕਿਤੇ ਪਤਾ ਨਹੀਂ ਕਿੱਥੋਂ ਆ ਗਿਆ ਤੇ ਇੱਕ ਮੁੰਡੇ ਨੇ ਉਹਦੇ ਲਈ ਤਸਵੀਰਾਂ ਖਿੱਚ ਕੇ ਮੈਨੂੰ ਭੇਜਤੀ ਆ, ਕਹਿੰਦਾ ਮੈਂ ਤੈਨੂੰ ਮਿਲਿਆ ਤੂੰ ਪਛਾਣ ਨਹੀਂ। ਉਹ ਜਿਹੜਾ ਤੂੰ ਆਣਾ ਕਾਰਨ ਕਿੱਦਾਂ ਬੋਲਦਾ ਹੁੰਦਾ? ਹਾਂ ਨਹੀਂ, ਗੱਲ ਮੇਰੀ ਨਹੀਂ ਸਮਝੇ ਤੁਸੀਂ, ਇੱਕ ਬੰਦੇ ਨੇ ਮੈਨੂੰ ਵੀਡੀਓ ਭੇਜੀ, ਉਹਦੀਆਂ ਅੱਖਾਂ ਦਾ ਥੋੜਾ ਜਿਹਾ ਰੋਲਾ ਸੀ, ਇੱਕ ਬੰਦੇ ਨੇ ਮੈਨੂੰ ਵੀਡੀਓ ਭੇਜੀ ਬੱਚੇ ਦੀ ਤਸਵੀਰ, ਤੇ ਉਹਨੇ ਥੱਲੇ ਲਿਖਿਆ ਇਹ ਜੀਮੇਲ ਕੀਤੀ, ਤੇ ਉਹਨੇ ਲਿਖਿਆ ਜਾਨੀ ਭਾਈ ਅਮੈਰਿਕਾ ਬਚਪਨ, ਤੇ ਉਹਨੇ ਕਿਹਾ ਬੱਚਾ ਤੂੰ ਨਾ ਕੀਤਾ ਸਾਰੀਆਂ ਉਹਨਾਂ ਦੀ ਬੋਡੀ ਲੈਂਗੁਏਜ ਨਹੀਂ, ਉਹਨਾਂ ਨੇ ਉਹਨਾਂ ਵਰਗੀ ਕੀਤੀ ਹੈ, ਆਪ ਕੀਤੀ ਹੈ, ਉਹਨਾਂ ਦੀ ਜੈਨੂਇਨ ਨਹੀਂ ਗਈ ਜੀ ਸਰ। ਨਹੀਂ ਨਹੀਂ ਨਹੀਂ, ਅੱਛਾ ਯਾਰ ਸੰਜੇ ਦੱਤ ਸਾਹਿਬ ਟੁਰਦੇ ਨੇ ਜਿਹੜਾ ਐ ਕਰਕੇ ਐ ਸਟਾਈਲ ਦਾ। ਅੱਛਾ ਟੋਰ ਰਲ ਗਈ ਕਿਸੇ ਦੀ? ਹਾਂਜੀ, ਜਿਹੜੇ ਬੰਦੇ ਨੂੰ ਲੋਕੀ ਕਹਿੰਦੇ ਨੇ ਯਾਰ ਤੂੰ ਸੰਜੇ ਦਾ ਤੜਕਾ ਲੱਗਦਾ, ਤੂੰ ਸੰਜੇ ਦਾ ਤੜਕਾ ਲੱਗਦਾ, ਉਹ ਆਪਣੇ ਆਪ ਨੂੰ ਉੱਧਰ ਢਾਲਦਾ ਵਾ, ਉਹਨੂੰ ਆਪਣੇ ਤੇ ਤਾਰੀ ਕਰਦਾ, ਉਦਾਂ ਦੀ ਉਹ ਤੁਹਾਨੂੰ ਲੱਗਦਾ ਕਿ ਬਿਲਕੁਲ ਉਹਦੇ ਵਰਗਾ ਵੀ ਹੋਰ ਲੱਗਾ, ਉਹ ਕਰਦਾ ਉਦਾਂ ਕਾਪੀ ਕਰਦਾ ਵਾ ਇੱਕ ਬੰਦਾ ਦੂਜਾ, ਕੋਈ ਨੀ 7 ਬੰਦੇ ਹੋਣ ਨਾ, ਤੇ ਜਿੰਨੀ ਦੇਰ ਦੀ ਦੁਨੀਆਂ ਚੱਲੀ, ਜਿੰਨੀ ਦੇਰ ਦੇ ਕੈਮਰੇ, ਸੋਸ਼ਲ ਮੀਡੀਆ, ਅੱਜ ਕੱਲ੍ਹ ਸੋਸ਼ਲ ਮੀਡੀਆ ਨਾ, ਅੱਜ ਕੱਲ੍ਹ ਇੱਕ ਅੱਛਾ ਇੱਕ ਮਿਸਾਲ, ਹਰ ਬੰਦੇ ਦੇ ਨਾਲ ਦੇ 7 ਬੰਦੇ ਨੇ, ਹਾਂਜੀ ਚਲੋ ਮੇਰੇ ਵਰਗਾ ਤੇ ਬੰਦਾ ਪਤਾ ਨੀ ਕਿੱਥੇ ਦੁਨੀਆਂ 'ਚ ਹੋ ਗਿਆ, ਉਹਨੂੰ ਨਹੀਂ ਪਤਾ ਵੀ ਕੋਈ ਸਜਾ ਜਾਨੀ ਹੈਗਾ ਜਾਂ ਆਮ ਬੰਦਾ, ਜਿਹੜੀਆਂ ਸੈਲੈਬ੍ਰਿਟੀਜ਼ ਨੇ ਇਹ ਤੇ 7 ਲੱਭ ਸਕਦੇ ਨੇ ਸੈਲੈਬ੍ਰਿਟੀ, ਇੱਕ ਯਾਰ ਇਮਰਾਨ ਖਾਨ ਵਰਗੇ ਵੀ 7 ਹੋਣਗੇ, ਫਿਰ 7 ਜ਼ਰੂਰੀ ਨਹੀਂ। ਹਾਂਜੀ ਮੈਂ ਕਹਿ ਰਿਹਾ ਉਸ ਸ਼ਕਲ ਤੇ ਕਾਫੀ ਲੋਕ ਮਿਲ ਸਕਦੇ, ਕਾਫੀ ਤੇ ਆ ਗਿਆ ਹੁਣ 7 ਕਹਿ ਕੇ। ਅੱਛਾ ਨਹੀਂ 7 ਦਾ ਫਿਗਰ ਜਿਹੜਾ ਵਾ ਨਾ, ਇੱਕ ਕੁਛ ਤਹਿਕੀਕਾਂ ਕਹਿੰਦੇ ਨੇ, ਲੇਕਿਨ ਹੈ 2 ਲਾ ਲਓ, 2 3 ਲਾ ਲਓ, ਹਾਂਜੀ ਹੈ ਨੇ, ਹੈ ਨੇ, ਹਾਂਜੀ ਹੈ। ਉਹ ਕਿੱਥੇ ਨੇ ਉਹ ਸਾਜ ਜੀ ਜਿਹੜੇ ਸੋਸ਼ਲ ਮੀਡੀਆ ਤੇ ਨਜ਼ਰ ਆਏ ਨੇ? ਇਮਰਾਨ ਖਾਨ ਸਾਹਿਬ ਦਾ ਵੀ ਡੁਪਲੀਕੇਟ ਆਇਆ, ਸ਼ਾਹਰੁਖ ਖਾਨ ਸਾਹਿਬ ਦਾ ਵੀ ਪਾਈ, ਅੱਛਾ ਨਹੀਂ ਫਰੀ ਸਹੀ ਕਹਿ, ਸ਼ਾਹਰੁਖ ਖਾਨ ਦੇ ਤੇ 100 ਟੱਪ ਗਏ ਨੇ, 100 ਟੱਪ ਗਏ ਨੇ, ਹਾਂਜੀ ਹਾਂਜੀ, ਉਹ ਆਪ ਬਣੇ ਨੇ ਸਾਰੇ, ਬਣਦੇ ਨੇ ਉਹ, ਹਾਂਜੀ ਉਹਨਾਂ ਨੇ ਉਦਾਂ ਦਾ ਬਣਾ ਲਿਆ। ਨਹੀਂ ਫਰੀ ਸਹੀ ਕਹਿ, ਔਰ ਕਦੀ ਦੇਖਿਆ ਤੂੰ ਕਿ ਸ਼ਾਹਰੁਖ ਖਾਨ ਦਾ ਬੰਦਾ ਇੱਕ ਗੋਰਾ ਵਾ, ਉਹਨਾਂ ਦੀ ਰਖਤ ਹੀ ਹੋ ਰਹਾ, ਉਹਨਾਂ ਦੇ ਖੱਲ, ਉਹਨਾਂ ਦੇ ਜਿਸਮ, ਉਹਨਾਂ ਦੀਆਂ ਡਿਜ਼ਾਇਨ ਹੀ ਹੋ ਰਹਾ, ਉਹ ਕਿੱਦਾਂ ਉਤਰਦਾ ਹੋ ਸਕਦਾ? ਉਹ ਸ਼ਾਹਰੁਖ ਖਾਨ ਵਰਗੇ ਜੇ 7 ਨੇ ਤੇ ਉਹ ਇੱਥੇ ਏਸ਼ੀਆ 'ਚ ਹੀ 7 ਹੋਣਗੇ, ਬੋਲੀ ਵੀ ਉੱਦਾਂ ਦੀ ਬੋਲਣਗੇ, ਆਵਾਜ਼ ਵੀ ਉੱਦਾਂ ਦੀ ਕੱਢਣਗੇ, ਉਹ ਇੰਨੇ ਕੁ ਏਰੀਏ 'ਚ ਨੇ 7, ਕਦੀ ਤਾਂ ਹਾਬ ਨੂੰ ਸਾਊਥ ਅਫਰੀਕਾ ਦਾ ਹਬਸ਼ੀ ਆ, ਸ਼ਾਹਰੁਖ ਖਾਨ ਹਾਂ ਦੱਸ, ਸਾਊਥ ਅਫਰੀਕਾ ਦਾ ਇੱਕ ਹਬਸ਼ੀ ਸੀ ਜੀ, ਉਹ ਜਨਾਬ ਇੱਥੇ ਰਵੀਨਾ ਟੰਡਨ ਵਰਗਾ ਸੀ, ਦੱਸੋ ਓਹੋ ਉਹ ਹੋਰ ਕੌਮਾਂ ਨੇ, ਉਹ ਹੋਰ ਨਸਲਾਂ ਏਸ਼ੀਆ ਦੇ ਵਿੱਚ ਰਹਿ ਕੇ, ਅੱਗੇ 7 ਸੀ ਫਿਰ 7 ਤੋਂ ਘਟ ਗਏ, ਉਹ ਅੱਗੇ ਦੁਨੀਆਂ ਸੀ ਹੁਣ ਏਸ਼ੀਆ ਆ ਗਿਆ। ਸਰ ਮੇਰੀ ਗੱਲ ਨਾ ਗੱਲ ਕਰਿਆ ਕਰੋ, ਜਦੋਂ ਏਸ਼ੀਆ ਦੀ ਗੱਲ ਕਰਨ ਦੇ ਵਿੱਚ ਹੈ ਨੇ ਸਾਜੀ, ਆ ਵੀ ਇੱਕ ਬੰਦੇ ਨੂੰ ਕਹਿੰਦਾ ਮੈਂ ਕਿਹਦੇ ਵਰਗਾ ਲੱਗਦਾ, ਕਹਿੰਦਾ ਉਹ ਤੇ ਇੱਕ ਰਾਤੀ ਚੋਰ ਫੜਿਆ ਤੂੰ ਸੇਫ ਉਹਦੇ ਵਰਗਾ ਲੱਗਦਾ। ਸਾਜੀ ਸ਼ਕਲਾਂ ਵਰਗੀਆਂ ਸ਼ਕਲਾਂ ਦੇ ਇੱਕ ਤੇ ਹੈ ਨਾ, 2 ਭਰਾ ਮੈਂ ਐਸੇ ਵੇਖੇ ਨੇ, ਸਕੇ ਭਰਾ ਨੇ 2, ਦੁਬਈ ਸਾਨੂੰ ਮਿਲੇ, ਉਹ ਦੋਵੇਂ ਭਰਾ ਬੈਠੇ ਨੇ ਬਾ ਖੁਦਾ ਜੀ, ਉਹ ਤੇ ਜੁੜਵਾਂ ਹੁੰਦੇ ਨੇ ਸਰ। ਆ ਜਿਹੜੇ ਫੇਸ ਦਾ ਹੋਣਾ ਨਾ ਇੱਕੋ ਜਿਹਾ, ਕੀ ਕਹਿੰਦੇ ਨੇ ਉਹਨੂੰ, ਜੁੜਵਾਂ ਹੋਣਾ, ਮੈਚ ਹੋ ਜਾਣਾ, ਇਹ ਬੜਾ ਆਪ ਵੇਖਿਆ ਉਹ ਜਿਹੜੇ ਸਿਰਫ ਤੂੰ ਵੇਖੀ ਫਿਲਮ ਤੁਸੀਂ, ਉਹਦੇ ਚੋਂ ਜਿਹੜੇ ਰਕਸ਼ਾ ਚਲਾਉਂਦੇ ਮੁੱਛਾਂ ਵਾਲੇ ਭਾਈ, ਕੀ ਨਾਮ ਉਹਨਾਂ ਦਾ ਪਤਾ ਨੀ, ਕਿਹੜੇ ਜੈਕੀ ਸ਼ੇਰਵ ਸਾਹਿਬ, ਉਹ ਹਾਂ ਹੁਣ ਜੈਕੀ ਸ਼ੇਰਵ, ਉਹਦੇ ਨਾਲ ਤਾਂ ਬਿਲਕੁਲ ਰਕਸ਼ਾ ਉਹਦੀ ਸਾਡੇ ਮੁਹੱਲੇ ਦੀ ਦੁਕਾਨ, ਅੱਛਾ ਉਹ ਵੀ ਰਕਸ਼ਾ ਚਲਾਉਂਦਾ, ਨਹੀਂ ਰਕਸ਼ਾ ਨੀ ਚਲਾਉਂਦਾ, ਉਹਦੀ ਦੁਕਾਨ ਆ ਸੇਮ ਸ਼ਕਲ ਬੰਦੇ ਦੀ ਤੇ ਲੈਸਾਂ ਦਾ ਕੰਮ ਕਰਦਾ, ਉਹਨੂੰ ਸਾਰੇ ਸੰਜੇ ਦੱਤ ਕਹਿੰਦੇ ਨੇ, ਉਹ ਲੈਸਾਂ ਦਾ ਕੰਮ ਕਰਦਾ ਵਾ, ਉਹ ਬੋਲਦਾ ਪੰਜਾਬੀ। ਪਰਸੋਂ ਮੇਰਾ ਕਜ਼ਨ ਆਇਆ, ਅਸੀਂ ਫੂਡ ਉੱਥੋਂ ਆਰਡਰ ਮੰਗਾਇਆ, ਫਰੂਟ ਪਾਂਡਾ ਤੋਂ, ਆ ਉੱਥੋਂ ਯਕੀਨ ਕਰ ਬਿਲਕੁਲ ਪੂਰਾ ਵੀ ਨੀ ਫਰਕ, ਜੋਨ ਬਰਾਹਮ ਲੱਗੇ ਯਾਰ, ਸੇਮ ਟੂ ਸੇਮ। ਸਾਡੀ ਗਲੀ ਦੇ ਵਿੱਚ ਹੈਗਾ ਇੱਕ ਸਨੀ ਦੇਵਰ ਵਰਗਾ ਬੰਦਾ ਸਾਜੀ, ਉਹ ਉੱਥੇ ਤੰਦੂਰ ਤੇ ਰੋਟੀਆਂ ਲਾਉਂਦਾ,
बहुत बहुत बुरे भी बने ने कई एक सलमान खान बने बिलकुल ताजी महाराज बोलता ना जो ओदो पता चलता उस तो पहले नहीं भी मैर नहीं गा जो बोलेगा ओदो ना ओदा ना पागल वाह 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 इदा करन लग पैंदा वा बस बोलिया नहीं जांदा तुम्हारे जैसे अगर दुनिया में है सात लोग तो सात लोगों के शकाल पे लाना इस तरह वो शेर भी तो है यानी ये गलत लाम भावे गल बनी लेकिन कुछ कर लो सच की है खंडू बलार बलार जे चमके मारन दे सारे जिदन ब्रेसलेट दूसरा जिदा सैलरी लेना उदो तेन फुल लाइट पैनी तू एक काम करना तू रीसैट मार ला अपने आप हार्ड रीसैट मार इंसान दी बॉडी कंप्यूटर सिस्टम यानी अगे आएगा लेकिन जे आवे ये बंदा मतलब की बंदा कहना यार अज पता नहीं की गल यार मेरे अंदर वायरस आ गया मैं इत रखा तू आंडू कर मैं फिर हां आंडू असि कंप्यूटर बनया जाके भी पिछो जाके खत्म हो गया नहीं कंप्यूटर मतलब 2000 च बनया ना 1996 तक इन्हें अंडू करता जिन्हें बनाया वो तजर्बा कर रहे इना आंडू करता इन्हें पिछले मैं पता ही नहीं आंडू होता कि ताजी ने भी किया आंडू अपने भरावान दल अपने आप आंडू किया मुछा निकलिया फीटर पीन देना कर लिया मकान बनाया कहना केंडो ला नहीं विंडो हेट ला इन्ह ने भी मकान बनाया तो मिस्त्री कही आन दे चार फोल्डर बना दी यार छोटे छोटे चीज चुके सिट देना घर अंदर पई है तुम एक चीज चुकी हो तुम छिटते दो दिन बाद जाके बहर ओन कि सीट दे ठीक है ना उस तो बाद लै जाता बंदा फिर नहीं लभदी भी कितने गई जिनी देर टोकरी चा तुम ओनू रिमूव भी किया लेकिन पई भी घर चीज बहुत सारे घर बाद च लभ लेंगे सफाई की देख कूड़े चाहे टोकरिया नहीं फोलते होंगे कहते रीसाइकल 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 बीन यानी कंप्यूटर चो डिलीट करता तो जी डस्टबीन पई है ना या जी घर ओ पाया चीज चो तुम स्पेस होएगी घर दे विच यानी तुहाडे सिस्टम दी स्पेस उहने मननी है लाइक जिद्दां तुसीं अपना इत्थे रखी चीज उहने उन्नी स्पेस मन ली है ना तुहाडे घर दी उस टोकरी ने इस तरह ही उहने ओह चीज तों भावें 10 GB दी चीज है और साइकिल बीन च पई है ते 10 GB तेरा हार्ड दे विच है
ਲੇਕਿਨ ਨਜ਼ਰ ਨਹੀਂ ਆ ਰਹੀ ਕਿਤੇ। ਹਾਂਜੀ ਰੀਸਾਈਕਲ ਬੀਨ ਚ ਜਾ ਕੇ ਤੂੰ ਜਦੋਂ ਉਹਨੂੰ ਐਂਟੀ ਕਰਨਾ ਕਿ ਵੀ ਬਾਹਰ ਕੂੜੇ ਵਾਲਾ ਆ ਗਿਆ ਵੀ ਸਿੱਟ ਦੇ, ਉਦੋਂ ਉਹਨੇ ਤੇਰੀ ਸਪੇਸ 10 GB ਖਤਮ ਕਰਕੇ ਲੱਗਣਾ। ਉਸ ਤੋਂ ਬਾਅਦ ਫਿਰ ਉਹ ਟੋਕਰੀ ਖਾਲੀ ਹੋ ਜਾਂਦੀ, ਟੋਕਰੀ ਖਾਲੀ। ਫਿਰ ਇਹ ਹੁੰਦਾ ਕਿ ਉਹ ਅਗਰ ਫਿਰ ਵੀ ਤੁਹਾਨੂੰ ਚਾਹੀਦੀ ਹੈ, ਬੁਰਾ ਕਹਿੰਦਾ ਹੈ ਕਿ ਤੁਸੀਂ ਅੱਜ ਹਾਰਟ ਲਾਈ ਹੈ ਨਾ ਸਿਸਟਮ 'ਚ। ਹਾਰਟ ਇੱਕ ਐਸੀ ਚੀਜ਼ ਹੈ ਉਸਤਾਦ ਜੀ, ਹਾਰਡ ਡਰਾਈਵ, ਕਿ ਤੁਸੀਂ ਇਹਦੇ ਅੰਦਰ ਡੇਲੀ ਚੀਜ਼ਾਂ ਸਿੱਟ ਰਹੇ ਹੋ, ਡਿਲੀਟ ਕਰ ਰਹੇ ਹੋ, ਸਿੱਟ ਰਹੇ ਹੋ, ਡਿਲੀਟ ਕਰ। 20 ਸਾਲ ਤੁਸੀਂ ਉਹ ਹਾਰਡ ਯੂਜ਼ ਕਰੀ ਹੈ, 20 ਸਾਲ ਤੁਸੀਂ ਪਹਿਲੇ ਦਿਨ ਤੋਂ ਲੈ ਕੇ ਐਂਡ ਤੱਕ ਜਿਹੜੀ ਜਿਹੜੀ ਚੀਜ਼ ਉਹਦੇ 'ਚ ਰੱਖੀ ਹੈ ਜਾਂ ਜਿਹੜੀ ਡਿਲੀਟ ਕਰਦੀ ਹੈ, ਰਿਮੂਵ ਕਰਦੀ ਹੈ, ਉਹਦੇ ਵਿੱਚ ਹੁੰਦੀ ਜ਼ਰੂਰ ਹੈ। ਵਾਹ, ਯਾਨੀ ਅਗਰ ਬਹੁਤ ਸਾਰੇ ਐਸੇ ਸੋਫਟਵੇਅਰ ਨੇ ਕਿ ਤੁਸੀਂ 8 ਸਾਲ ਪੁਰਾਣਾ ਡਾਟਾ ਵੀ ਹੈ ਨਾ ਬਾਈ ਨੇਮ ਤੁਹਾਨੂੰ ਯਾਦ ਆ, ਕੋਈ ਪਿਕਚਰ, ਕੋਈ ਆਡੀਓ, ਕੋਈ ਇਹ, ਉਹ ਇੰਨੀ ਕੁ ਬਰੀਕ ਜੀ, ਮਤਲਬ ਉਹਨੂੰ ਪਤਾ ਨਹੀਂ ਕੀ ਕਹਿੰਦੇ ਨੇ ਕਿ ਉਹਦੇ 'ਚੋਂ ਇੱਕ ਚੀਜ਼ ਬਣ ਕੇ ਨਾ ਵਿੱਚ ਪਈ ਹੁੰਦੀ, ਛਪਿੱਕੀ ਛਪਿੱਕੀ ਛਪਿੱਕੂ ਟੈਪ ਨਿੱਕੀ ਜੀ, ਤੇ ਉਹਨੂੰ ਫਿਰ ਜਦੋਂ ਅਗਰ ਉਹ ਚਾਹੀਦੀ ਹੈ ਤੇ ਉਹਨੂੰ ਕੱਢ ਕੇ ਤੇ ਫਿਰ ਉਹ ਆਪਣੀ ਅਸਲ ਹਾਲਤ 'ਚ ਆ ਸਕਦੀ। ਯਾਨੀ ਗੋਰਾ ਕਹਿੰਦਾ ਕਿ ਹਾਰਡ ਜਿਹੜੀ ਨਾ ਉਹ ਇਹਦੇ 'ਚ ਰਹਿੰਦਾ ਸਾਰਾ ਕੁਛ। ਹਾਂ, ਯਾਨੀ ਫਿਰ ਕੰਪਨੀ ਦੀ ਮਸ਼ਹੂਰੀ ਹੁੰਦੀ ਸੀ, ਉਹਨਾਂ ਨੇ ਹਾਰਡ ਬਣਾਈ ਸੀ, ਉਹ ਟੈਂਕ ਨੰਗਾ ਦਿੰਦੇ ਉੱਤੋਂ। ਹਾਂਜੀ, ਉਹ ਫਿਰ ਹਾਰਡ ਰੱਖ ਕੇ ਨਾ ਵੱਡਾ ਟੈਂਕ ਨੰਗਾ ਦਿਆ, ਹਾਰਡ ਚੂਰਾ ਚੂਰ ਹੋ ਜਾਂਦੀ। ਉਹ ਗੋਰਾ ਆਉਂਦਾ ਉਹ ਵਿੱਚੋਂ ਨਾ ਚਿੰਤੀ ਨੇ ਇੱਕ ਨਿੱਕੀ ਜਿਹੀ ਚੀਜ਼ ਚੁੱਕਦਾ ਹਾਰਡ ਦੀ, ਚੁੱਕ ਕੇ ਉਹਦੇ ਵਿੱਚੋਂ ਸਾਰਾ ਡਾਟਾ ਰਿਕਵਰ ਕਰ ਦਿੰਦਾ। ਛੱਡਦੇ ਯਾਰ, ਮੇਰਾ ਇੱਕ ਹੋਰ ਨੁਕਸਾਨ ਤੂੰ ਯਾਦ ਕਰਾ ਦਿੱਤਾ ਕਿ ਉਹ ਵੀ ਸ਼ਾਇਦ ਮੇਰਾ ਕਿਤੇ, ਮੇਰੇ ਕੋਲ ਇੱਕ ਹਾਰਡ ਪਈ ਹੈ 14-15 ਸਾਲ ਪੁਰਾਣੀ, ਉਹਦੇ 'ਚ ਮੇਰਾ ਬਹੁਤ ਕੀਮਤੀ ਡਾਟਾ, ਬਹੁਤ ਕੀਮਤੀ ਪਿਕਚਰਸ, ਆਡੀਓਜ਼, ਰਫੀ ਸਾਹਿਬ ਦੇ ਭਾਈ ਦੇ ਨਾਲ ਮੇਰੀਆਂ ਤਸਵੀਰਾਂ ਨੇ ਉਹਦੇ ਵਿੱਚ, ਸਦੀਕ ਸਾਹਿਬ ਦੇ ਨਾਲ ਹੋਰ ਬੜੀਆਂ ਤਸਵੀਰਾਂ ਨੇ। ਉਹ ਹੋਇਆ ਕੀ ਸੀ ਉਸਤਾਦ ਜੀ, ਮੈਂ ਤੁਹਾਨੂੰ ਦੱਸਦਾ ਅਗਰ ਕੋਈ ਬੰਦਾ ਐਸਾ ਜਿਹੜਾ ਉਹਨੂੰ ਸਮਝਦਾ ਹੋਵੇ। ਉਹ ਮੈਂ ਬਣਾਇਆ ਸੀ ਗੋਸਟ, ਯਾਨੀ ਤੁਸੀਂ ਸਾਰੀ ਵਿੰਡੋ ਇੰਸਟਾਲ ਕਰਦੇ, ਤੁਸੀਂ ਉਹਦਾ ਇੱਕ ਬੈਕਅਪ ਬਣਾ ਲੈਂਦੇ ਹੋ ਗੋਸਟ, ਕਿ ਤੁਹਾਡੀ ਵਿੰਡੋ ਖਰਾਬ ਹੋ ਗਈ ਤੁਸੀਂ ਵਿੰਡੋ ਨਹੀਂ ਕਰਨੀ, ਜਾਂ ਸਿਸਟਮ 'ਚ ਵਾਇਰਸ ਆ ਉਹ ਨਹੀਂ ਕਰਨਾ, ਉਹ ਗੋਸਟ ਮਾਰਨਾ ਜਿਸ ਮੌਕੇ 'ਤੇ ਤੁਸੀਂ ਗੋਸਟ ਬਣਾਇਆ ਨਾ ਜਿਸ ਹਾਲਤ 'ਚ, ਉਹਨੇ ਉਸ ਹਾਲਤ 'ਚ ਆਏਗਾ। ਉਹ ਮੈਂ ਅਗਰ ਸੀ 'ਚ ਬਣਾਇਆ ਸੀ ਨਾ ਤੇ ਮੈਂ ਉਹਨੂੰ ਡੀ ਤੇ ਰੱਖ ਕੇ ਰਨ ਕਰਤਾ ਡਰਾਈਵ ਤੇ, ਓਕੇ, ਉਹਨੇ ਉਹ ਡੀ ਸਾਰੀ ਫਾਰਮੈਟ ਕਰ ਕੇ, ਉਹ 'ਚ ਮੇਰਾ ਡਾਟਾ ਸੀ, ਉਹ ਨੱਥੀ ਹੋ ਗਿਆ ਸਾਰਾ ਕੁਛ। ਫਿਰ ਉਹਦੇ ਉੱਤੇ ਮੈਂ ਹੋਰ ਵੀ ਚੀਜ਼ਾਂ ਚੜਾਉਂਦਾ ਰਿਹਾ। ਉਹ ਹੁੰਦਾ ਕਿ ਅਗਰ ਤੁਸੀਂ ਇੱਦਾਂ ਹੋ ਗਿਆ ਨਾ ਤੇ ਦੁਬਾਰਾ ਉਹਦੇ ਉੱਪਰ ਕੋਈ ਚੀਜ਼ ਉਹ ਪੇਸਟ ਨਾ ਕਰੋ, ਲੇਕਿਨ ਮੈਂ ਉੱਥੇ ਫਿਰ ਪੇਸਟ ਕਰਕੇ ਕਿੰਨਾ ਕੁਛ ਕਰ ਦਿੱਤਾ ਸੀ। ਹਾਂ, ਅਗਰ ਤੁਸੀਂ ਡੇਟ ਡੂਟ ਕਹੋ ਤਾਂ ਮੈਂ ਦੱਸ ਸਕਦਾ ਕਿ ਇਸ ਡੇਟ ਨੂੰ ਐਸਾ ਸੀ। ਕੋਈ ਬੰਦਾ ਅਗਰ ਐਸਾ ਹੋਵੇ ਨਾ ਯਾਰ ਜਿਹੜਾ ਉਹਨੂੰ ਰਿਕਵਰ ਕਰ ਸਕਦਾ ਹੋਵੇ, ਮੈਨੂੰ ਲਾਜ਼ਮੀ ਦੱਸਣਾ ਯਾਰ। ਚਲੋ ਅੱਛਾ ਠੀਕ ਹੈ। ਕੰਪਿਊਟਰ ਆਪਣੀ ਲਾਈਫ 'ਚ ਇਹਨਾਂ ਨੇ ਅਪਲਾਈ ਕੀਤਾ, ਇੱਕ ਇਹਦਾ ਭਰਾ ਮਸਤ ਸੀਗਾ, ਕਹਿੰਦਾ ਇਹ ਕੰਟਰੋਲ ਪੈਨਲ 'ਚੋਂ ਜਾ ਕੇ ਠੀਕ ਹੋ ਜਾਣਾ। ਭਾਜੀ ਇਹ ਫਿਲਮਾਂ ਕਰਦਾ ਸੀ, ਐਡੀ ਥੱਕੀ ਭਾਣੇ ਬਾਜ਼ਾਰ ਜਾ ਕੇ ਪੁੱਛ ਰਿਹਾ, ਕਹਿੰਦਾ ਭਾਜੀ ਤੇ ਕੰਟਰੋਲ ਪੈਨਲ ਕਿੱਥੇ। ਫਿਲਮਾਂ ਕਰਦਾ ਸੀ, ਐਡੀ ਥੱਕੀ ਹਾਰ ਰੱਖੀ, ਉਸ 77 ਤੇ ਅੜ ਜਾਂਦੀ, ਬਾਅਦ 76 ਮਾਰ ਕੇ ਉਹਨੂੰ ਤੋੜਦਾ। ਭਾਜੀ ਹਸਪਤਾਲ 'ਚ ਦਾਖਲ ਹੋ ਗਿਆ, ਸਵੇਰੇ ਸਵੇਰੇ ਉੱਠਿਆ ਤੇ ਇੱਕ ਬਾਬੇ ਦੇ ਨਾਲ ਸੁੱਤਾ। ਬਾਬਾ ਕਹਿੰਦਾ ਕਿੱਧਰ? ਕਹਿੰਦਾ ਰਾਤੀ ਨਾ ਮੈਨੂੰ ਡਰ ਲੱਗਣ ਲੱਗ ਪਿਆ। ਇਹ ਸਾਜੀ ਇੰਨਾ ਜ਼ਿਆਦਾ ਕੰਪਿਊਟਰ 'ਚ ਇਨਵੋਲਵ ਹੋ ਗਿਆ ਤੇ ਆਪਣੀ ਬੁੱਢੀ ਨਾਲ ਲੜਨ ਉਹਨੂੰ ਕਹਿੰਦਾ ਮਿਊਟ ਹੋ ਜਾ, ਮਿਊਟ ਹੋ ਜਾ। ਵੀ ਇੱਕ ਤਾਇਆ ਉਹਦੀ ਯਾਦਦਾਸ਼ਤ ਚਲੇ ਗਈ, ਮੈਂ ਕਿਹਾ ਫਰੀਦ ਸਾਹਿਬ ਇਹ ਕੀ ਹੋਇਆ? ਕਹਿੰਦਾ ਇਹਨੂੰ ਫਾਰਮੈਟ ਵੱਜ ਗਈ। ਇਹਨਾਂ ਦੇ ਘਰ ਪਰਾਹੁਣੇ ਆ ਗਏ ਨਾ ਵਿਆਹ ਤੇ, ਤੇ ਉੱਚੀ ਉੱਚੀ ਰੌਲਾ ਪਾਉਣ ਡਿਆ, ਇਹਨਾਂ ਨੂੰ ਸਕਰੋਲ ਕਰੀ ਜਾ ਸਕਰੋਲ। ਇਹਨਾਂ ਦੇ ਵੀ ਘਰ ਪਰਾਹੁਣੇ ਆ ਗਏ ਤੇ ਉਹਨਾਂ ਨੂੰ ਵਾੜ ਨਹੀਂ ਰਿਹਾ, ਉਹਨਾਂ ਨੂੰ ਕਹਿ ਰਿਹਾ ਸਪੇਸ ਫੁੱਲ ਹੋ ਗਈ, ਸਪੇਸ ਫੁੱਲ ਹੋ ਗਈ। ਤਾਜੀ ਉਹ ਪ੍ਰਿੰਟਰ ਲੈ ਆਏ, ਉਹ ਜਿੱਥੋਂ ਸਫੇ ਨਹੀਂ ਪਾਈ ਦੇ, ਉਹਦੇ 'ਚ ਗੋਭੀ ਵਾਲਾ ਪਰੋਟਾ ਤੁਨਿਆ। ਬਾਲਾ ਸਾਹਿਬ ਦਾ ਸਿਰ ਪਾੜ ਗਿਆ, ਕਹਿੰਦਾ ਨਵੀਂ ਸਲੋਟ ਬਣ ਗਈ USB, ਉੱਥੇ ਰੈਮ ਲਾਈ, ਕਹਿੰਦਾ ਅੱਬੇ ਦੀ ਸਪੀਡ ਵਧੇਗੀ। ਇਹ ਬੰਬ ਧਮਾਕੇ ਦੇ ਵਿੱਚ ਉਸਤਾਦ ਜੀ ਇਹਨਾਂ ਦਾ ਖਾਨਦਾਨ ਸ਼ਹੀਦ ਹੋ ਗਿਆ। ਮੈਂ ਕਿਹਾ ਇਹ ਕੀ ਹੋਇਆ ਸੀ? ਕਹਿੰਦਾ ਕਿਸੇ ਨੇ ਕੰਟਰੋਲ ਆਲ ਕਰਕੇ ਇੱਕ ਵਾਰ ਤਾਜੀ ਇਹਦਾ ਇੱਕ ਭਰਾ ਉੱਥੇ ਹੀ ਨਾ ਸੁੱਤਾ। ਮੈਂ ਕਿਹਾ ਇਹ ਕੀ ਹੋਇਆ? ਕਹਿੰਦਾ ਇਹਦੀ ਵਿੰਡੋ ਕਰਨ ਵਾਲੀ। ਸੀਡੀ ਡਰਾਈਵ ਨੀ ਹੁੰਦੀ, ਉਹ ਬਾਹਰ ਕੱਢ ਕੇ ਉਹ ਚ ਪੈਸੇ ਲੁਕੋ ਹੁੰਦੇ ਫੇਰ ਬਦਲੇ। ਇਹਦੇ ਇੱਕ ਤਾਏ ਨੂੰ ਫਾਲੋ ਹੋ ਗਿਆ ਤੇ ਘਰ ਆ ਕਹਿੰਦਾ ਲਓ ਜੀ ਤਾਇਆ ਆਬੂ ਹੈਂਕ ਹੋ ਗਏ ਜੀ। ਸੁਬਹ ਉੱਠ ਕੇ ਇਹ ਨੀ ਸੀ ਕਹਿੰਦੇ ਮੂੰਹ ਧੋ ਲਓ, ਕਹਿੰਦੇ ਸੀ ਚਲੋ ਵੀ ਵਾਲ ਪੇਪਰ ਬਦਲ ਲਓ।
ਆਪਣੇ ਭਰਾ ਨੂੰ ਕਹਿਣ ਡਿਆ ਓਏ ਮੇਰੇ ਕੋਲ ਕਿਤੇ ਸ਼ਟ ਡਾਊਨ ਨਾ ਹੋ ਜਾਏ। ਨਹੀਂ ਫੋਨ ਕਰ ਰਿਹਾ ਕਹਿੰਦਾ ਜੀ ਬਹੁਤ ਅਫਸੋਸ ਹੋਇਆ ਖਾਲਾ ਮੁਲਤਾਨ ਵਾਲੀ ਖਾਲਾ ਸ਼ਟ ਡਾਊਨ ਹੋ ਗਈ। ਇਹਦਾ ਭਰਾ ਭਾਈ ਖੰਘੀ ਜਾਵੇ, ਮੈਂ ਕਿਹਾ ਕੀ ਹੋਇਆ, ਕਹਿੰਦਾ ਯਾਰ ਇਹਦੇ ਚ ਵਾਇਰਸ ਆਇਆ। ਇਹਨੂੰ ਫੋਨ ਆਇਆ ਉਹਨੇ ਕਿਹਾ ਯਾਰ ਖਾਲੂ ਦੀ ਤਬੀਅਤ ਬਹੁਤ ਖਰਾਬ ਆ, ਕਹਿੰਦਾ ਫਰਕ ਹੋ ਗਿਆ, ਕਹਿੰਦਾ ਨਹੀਂ ਨਹੀਂ ਹਲੇ ਰੀਸਾਈਕਲ ਪੀਣ ਚ, ਅੱਗੋਂ ਪਤਾ ਕੋਈ ਨੀ ਆਲਟ ਕੰਟਰੋਲ ਡਿਲੀਟ ਵੱਜੇ। ਘਰ ਆ ਕੇ ਭਰਾ ਨੂੰ ਕਹਿੰਦਾ ਮੈਂ ਤੈਨੂੰ ਸਾਰੇ ਮੈਂ ਡੀ ਡਰਾਈਵ ਚ ਲੁਪਿਆ ਸੀ, ਤੂੰ ਕਿੱਦਾਂ ਸੀ? ਇਹਨਾਂ ਘਰ ਪ੍ਰਾਹੁਣੇ ਆ ਗਏ ਤੇ ਇਹਦਾ ਬਾਈ ਨੂੰ ਕਹਿੰਦੇ ਪੁੱਤਰ ਇਹਨਾਂ ਨੂੰ ਨਾ ਐਫ ਡਰਾਈਵ ਵਾਲੇ ਉਹ ਨੁੱਕਰ ਵਾਲੇ ਫੋਲਡਰ ਚ ਪਾ ਦੇ ਸਾਰੇ, ਉੱਥੇ ਇਹਨਾਂ ਦੇ ਬਿਸਤਰੇ ਕਰ। ਇੱਕ ਭਰਾ ਲੱਭਣ ਨੀ ਦਿਆ ਤਾਂ ਸਰਚ ਮਾਰ ਚ ਲਿਖ ਕੇ ਲੱਭਣ ਦੇ ਉਹਨੂੰ, ਇਹਦਾ ਵੀ ਇੱਕ ਭਰਾ ਲੱਭਣ ਨੀ ਦਿਆ। ਮੈਂ ਕਿਹਾ ਤੇਰਾ ਭਰਾ ਨੀ ਲੱਭਣ ਦਿਆ, ਕਹਿੰਦਾ ਟੈਨਸ਼ਨ ਨਾ ਲੈ ਉਹਨੂੰ ਆਪ ਹੀ ਹਿਡਨ ਕੀਤਾ ਹੋਇਆ। ਇਹਦਾ ਭਰਾ ਇਹਦਾ ਅੱਬਾ ਇਹ ਨੀ ਕਹਿਣ ਡਿਆ ਕਿ ਪਰਦਾ ਅੱਗੇ ਕਰ, ਕਹਿੰਦਾ ਯਾਰ ਇਹਦਾ ਕਰਸਰ ਥੋੜਾ ਇੱਧਰ ਕਰ। ਕਰਸਰ ਸਹੀ ਗੱਲ ਆ, ਰਾਤ ਨੂੰ ਸੁੱਤੇ ਪਏ ਅੱਬੇ ਨੂੰ ਨਾ ਕਰਸਰ ਉਹਦੀ ਜੇਬ ਚ ਭੇਜ ਕੇ ਤੇ ਨੋਟ ਕੱਢ ਰਿਹਾ ਉੱਥੋਂ, ਇਹਨਾਂ ਦੇ ਘਰ ਵਿਆਹ ਸੀਗਾ, ਖਾਨਦਾਨ ਪੂਰਾ ਇਕੱਠਾ ਹੋਇਆ, ਮੈਂ ਕਿਹਾ ਇਹ ਕੀ ਕਹਿੰਦਾ ਰਿਕਵਰ ਕੀਤੇ ਆਪਣੇ ਅੱਬੇ ਦੀ ਜੇਬ ਚੋਂ ਪੈਸੇ ਕੱਢ ਕੇ ਆਪਣੀ ਜੇਬ ਚ ਪਾ ਰਿਹਾ, ਕਹਿੰਦਾ ਕਾਪੀ ਪੇਸਟ ਕਰ ਰਿਹਾ। ਨਹੀਂ ਕਾਪੀ ਪੇਸਟ ਨਹੀਂ ਹੁੰਦਾ, ਕੱਟ ਪੇਸਟ ਹੁੰਦਾ। ਸਾਰੇ ਪ੍ਰਾਹੁਣੇ ਨੂੰ ਕਹਿਣਾ ਸੀ ਰੋਟੀ ਖਾ ਲਓ ਵਿਆਹ ਦੇ, ਕਹਿੰਦਾ ਯਾਰ ਸਾਰੇ ਨੀ ਸੈਂਟਰ ਕਰ। ਜਿਹੜੇ ਥੱਲੇ ਰੱਖਣ ਵਾਲੇ ਭਾਂਡੇ ਨੀ ਪਰ ਛੱਤੀ ਜੀ ਹੁੰਦੀ ਆ, ਕਹਿੰਦਾ ਟਾਸਕ ਬਾਰ ਸਟਾਰਟ ਦਾ ਮੈਨੂੰ ਟਾਸਕ ਬਾਰ ਚ ਰੱਖੇ ਨਿੱਕੇ ਨਿੱਕੇ ਕਰਕੇ। ਵੈਸੇ ਏਦਾਂ ਹੁੰਦਾ ਸਾਜੀ ਕਿ ਇੱਥੇ ਮੈਂ ਸੋਚਣਾ ਵਾ, ਇਹਨੇ ਕੇਸ ਕਰਤਾ ਮਾਈ ਕੰਪਿਊਟਰ ਦੀ ਪ੍ਰਾਪਰਟੀ ਚੋਂ, ਇਹਨੇ ਭਰਾ ਤੇ ਕੇਸ ਕਰਨਾ, ਕਹਿੰਦਾ ਚ ਮੇਰਾ ਵੀ ਹਿੱਸਾ। ਸਹੀ ਗੱਲ ਆ। ਹੋਰ ਹਾਂ ਮੈਂ ਦੱਸਾਂ, ਮੈਂ ਕਿ ਇਹ ਸੋਚ ਰਿਹਾ ਸੀ ਕਿ ਬੰਦਾ ਅਨਵਰ ਮਸੂਦ ਸਾਹਿਬ ਨੇ ਇੱਕ ਨਜ਼ਮ ਲਿਖੀ ਸੀ ਬੜੀ ਖੂਬਸੂਰਤ, ਉਹਨੇ ਕਿਹਾ ਜੇ ਬੰਦੇ ਦਾ ਨੱਕ ਇੱਥੇ ਲੱਗਾ ਹੁੰਦਾ, ਗੋਡੇ ਦੇ ਨੱਕ ਲੱਗਾ ਹੁੰਦਾ, ਇੱਕ ਵੈਸੇ ਕਿਆ ਸਰਾਈ ਹੈ ਨਾ, ਤੇ ਬੰਦਾ ਕੀ ਕਰਦਾ ਨੱਕ ਕਿੱਦਾਂ ਮਤਲਬ ਉਹਨੂੰ ਨਜ਼ਰ ਰਿਕਸ਼ੇ ਦਾ ਨਾਂ ਅੰਬ ਹੁੰਦਾ ਤੇ ਅੰਬ ਦਾ ਨਾਂ ਰਿਕਸ਼ਾ ਹੁੰਦਾ, ਇੱਕ ਇਮੈਜੀਨੇਸ਼ਨ ਆ ਸਾਡੇ ਲਈ, ਉਹ ਕੰਟੈਂਟ ਦੀ ਗੱਲ ਕਰਨ ਡਿਆ। ਵੈਸੇ ਆਪਣੀ ਮਸ਼ੂਕ ਦੇ ਥੱਲੇ ਇੰਨਾ ਲੱਗਾ ਸੀ ਲੋਕਟ ਪਾਇਆ ਦੋਵੇਂ ਸਾਈਡਾਂ ਤੇ ਉਹਦੀਆਂ ਤਸਵੀਰਾਂ ਲੈ ਜਾਣੀ ਲਾਈ ਆਪਣੀ ਲਾਈ ਮੁਹੱਬਤ ਦਾ ਯਾਰ ਪਿਆਰ ਵਾਕਰ ਲੈ ਇੰਨਾ ਝੂਟਿਆ ਇੰਨਾ ਝੂਟਿਆ ਧੂੰਆਂ ਮਾਰਨ ਲੱਗ ਪਿਆ ਭਾਈ ਵਾਕਰ ਵੱਡੇ ਵੀ ਪੈ ਰਹੇ ਉਹਦੇ ਵਾਕਰ ਧੂੰਆਂ ਮਾਰਨ ਲੱਗ ਪਿਆ। ਇਹਨੇ ਵਾਕਰ ਬਣਾਇਆ ਆਪਣਾ, ਉਹਦੀ ਛੋਟੀ ਜਿਹੀ ਡਿੱਗੀ ਵੀ ਬਣਾਈ ਨਾ ਉਹਦੀ ਸਮਾਨ ਰੱਖਿਆ, ਇਹਨਾਂ ਨੇ ਵੀ ਵਾਕਰ ਲਿਆਂਦਾ ਤੇ ਨਾਲ ਇੱਕ ਕਲਿੰਡਰ ਵੀ ਲਿਆ ਹੁੰਦਾ ਉਦੋਂ ਕੈਲੰਡਰ ਉਹ ਕਹਿ ਰਿਹਾ ਵਾਕਰ ਦਾ ਕੈਲੰਡਰ ਏਡਾ ਠੱਕਿਆ ਵਾਕਰ ਲੈ ਉਹ ਜੰਪ ਲੱਗ ਲੱਗ ਕੇ ਨਿਆਣੇ ਦੀ ਠੋਡੀ ਪਾਟੀ ਦਾ ਵਾਕਰ ਲੈ ਕੇ ਤੇ ਸ਼ਾਮ ਨੂੰ ਜਾਨੀ ਵਾਕਰ ਲੈ ਆਇਆ ਵਾਕਰ ਲਿਆਇਆ ਇੰਨੇ ਚਾਅ ਚੜੇ ਸਾਰੇ ਘਰਦਿਆਂ ਨੂੰ ਤਾਏ ਨੂੰ ਝੂਟੇ ਦੇ ਦਿੰਦੇ ਪਾ ਕੇ ਉਹ ਵਾਕਰ ਲਾਇਆ ਮੈਂ ਕਿਹਾ ਇਹ ਕੀ ਕਹਿੰਦਾ ਵਾਕਰ ਫਲੂਟ ਵਾਲਾ ਵਾਕਰ ਫਲੂਟ ਵਾਲਾ ਸਾਰਾ ਸ਼ਹਿਰ ਛਾਲ ਮਾਰਿਆ ਕਹਿੰਦਾ ਲੱਭਣ ਡਿਆ ਕਹਿੰਦਾ ਯਾਰ ਵਾਕਰ ਕਰੀਮ ਤੇ ਪਾਉਣਾ ਵਾਕਰ ਉੱਪਰ ਕਰੀਮ ਤੇ ਚਲਾ ਰਿਹਾ ਵਾਕਰ। ਅੱਛਾ ਨਹੀਂ ਸਾਜੀ ਤਾਂ ਹੋ ਸਕਦਾ ਬੱਚਿਆਂ ਵਾਸਤੇ ਕਿ ਵੀ ਉਹਨੇ ਕੀਤਾ ਜਾ ਘੰਟਾ ਵਾਸਤੇ ਵਾਕਰ ਲਿਆ ਕੇ ਬੱਚੇ ਨੂੰ ਝੂਟਾ ਦੇ ਦਿਓ। ਨਹੀਂ ਏਦਾਂ ਇੱਕ ਹੋਰ ਚੀਜ਼ ਹੈ ਨਾ ਜਿਵੇਂ ਦੁਬਈ ਸਾਜੀ ਅਸੀਂ ਵੇਖਿਆ ਸੀ ਸਾਈਕਲਾਂ ਖੜੀਆਂ ਹੁੰਦੀਆਂ, ਉਹਨਾਂ ਦੇ ਪੁਆਇੰਟਸ ਬਣੇ ਨੇ ਸਾਈਕਲ ਤੁਸੀਂ ਜਾਂ ਮੋਟਰਸਾਈਕਲ ਉੱਥੋਂ ਤੁਸੀਂ ਉਹ ਕੋਈ ਕਾਰਡ ਵਗੈਰਾ ਪਾਉਣਾ ਵਾ ਜਾਂ ਉਹਦੇ ਕੋਈ ਹਾਂਜੀ ਹਾਂਜੀ ਜਿੱਥੇ ਉਹਦੇ ਜਾਗ ਨੂੰ ਖਲਾਰ ਦਿਓ ਤੁਸੀਂ ਉੱਥੇ ਜਾਣਾ ਉਸ ਅਗਲੇ ਇਲਾਕੇ ਚ ਉੱਥੇ ਵੀ ਉਹ ਬਣੇ ਨੇ ਸਟੈਂਡ ਤੇ ਖਲਾਰ ਦਿਓ। ਹਾਂਜੀ ਉਹ ਕੈਸਾ ਖੂਬਸੂਰਤ ਮੰਦਿਰ ਜੇ ਪਾਕਿਸਤਾਨ ਚ ਵੀ ਇੱਦਾਂ ਦਾ ਹੋਵੇ ਕਿ ਨਾ ਸੋਚੀ ਵੀ ਨਾ ਹਾਂਜੀ ਫਰੀਦ ਨੇ ਉੱਥੋਂ ਸਾਈਕਲ ਲਿਆ ਤੇ ਜਾ ਕੇ ਉਹਦੇ ਮਰਗਾਟ ਮਰਗੂਟ ਬਦਲ ਕੇ ਆਪਣਾ ਬਣਾ ਲਿਆ। ਇੱਥੇ ਕਿੱਥੇ ਭਰਾਵਾ ਇੱਥੇ ਤੇ ਉਹ ਤੈਨੂੰ ਮੈਂ ਦੱਸਿਆ ਨੀ ਸੀ ਇੱਕ ਦਿਨ ਕਿ ਤੁਸੀਂ ਇਹ ਸ਼ਰਟਾਂ ਜਿਹੜੀਆਂ ਬਾਹਰ ਦੇ ਮੁਲਕਾਂ 'ਚ ਜਿਹੜੀ ਸ਼ਰਟ ਪਰਾਂ ਜਿੱਦਾਂ ਸਾਡੀਆਂ ਸ਼ਰਟਾਂ ਪੁਰਾਣੀਆਂ ਹੋਈਆਂ ਹਾਂਜੀ ਉਹਨਾਂ ਨੇ ਬਾਹਰ ਦੇ ਮੁਲਕਾਂ 'ਚ ਲਾਏ ਨੇ ਦੂਸਰਿਆਂ ਅਕਸਰ ਕੰਟਰੀਜ਼ 'ਚ ਉਹਨਾਂ ਨੇ ਲਾਇਆ ਨਾ ਕਿ ਕਈ ਸਫੇਦ ਪੋਸ਼ ਐਸੇ ਵਿਚਾਰੇ ਗਰੀਬ ਜਿਹੜੇ ਉਹ ਰਾਤ ਦੇ ਹਨੇਰੇ 'ਚ ਆਉਂਦੇ ਨੇ ਇੱਕ ਵਜੇ ਡੇਢ ਵਜੇ ਜਦੋਂ ਵੀ ਰਸ਼ ਨਹੀਂ ਹੁੰਦਾ
ਉਹ ਦੇਖਦੇ ਨੇ ਮੇਰੀ ਮੇਰੇ ਸਾਈਜ਼ ਦੀ ਸ਼ਰਟ ਆ ਉਹ ਲਾ ਕੇ ਚੁੱਪ ਕਰਕੇ ਲੈ ਜਾਂਦੇ ਉਹ ਹੀ ਲਾਉਣੀ ਆ ਉਹਨਾਂ ਨੇ ਤੇ ਇੱਥੇ ਲਾ ਹਾਂ ਤੂੰ ਫ੍ਰੀ ਖਾਤਾ ਹੀ ਸਾਹ ਜੀ ਹਾਂਜੀ ਫ੍ਰੀ ਖਾਤਾ ਅਹਿਸਾਸ ਦੇ ਵਾਲ ਯਾਨੀ ਅਹਿਸਾਸ ਹੈ ਨਾ ਦੀਵਾਰ ਉਹਨੂੰ ਕਹਿੰਦੇ ਨੇ ਵਾਲ ਪਤਾ ਨਹੀਂ ਕਿਹੜੀ ਵਾਲ ਉਹਨੂੰ ਕਹਿੰਦੇ ਆ ਵਾਲ ਆਫ ਕਾਈਂਡਨੈਸ ਵਾਲ ਉਹ ਯਾਨੀ ਤੇਰੀ ਸ਼ਰਟ ਪੁਰਾਣੀ ਹੋ ਗਈ ਨਾ ਤੂੰ ਜਾ ਕੇ ਉੱਥੇ ਟੰਗ ਆਉਣੀ ਜਿਹੜਾ ਮਰਜ਼ੀ ਦਿਲ ਕਰੇ ਲੈ ਗਈ ਉਹ ਜਿਹੜਾ ਉਹਨੇ ਜਾਣਾ ਉਹਨੇ ਦੇਖਣਾ ਮੇਰੇ ਨਾਪ ਦੀ ਉਹਨੇ ਲਾ ਗਈ ਤੈਨੂੰ ਵੀ ਨਹੀਂ ਪਤਾ ਕੌਣ ਲੈ ਗਿਆ ਕਿੱਥੇ ਲੈ ਗਿਆ ਪਰਦਾ ਵੀ ਰਿਹਾ ਭਰਮ ਵੀ ਰਹਿ ਗਿਆ ਤੇ ਸ਼ਰਟ ਵੀ ਲੈ ਲਈ ਹੁਣ ਮੈਂ ਕਿਹਾ ਜੇ ਮਦਦ ਵੀ ਹੋ ਗਈ ਇੱਥੇ ਹਾਂਜੀ ਤੇ ਜੇ ਇੱਥੇ ਤੂੰ ਲਾ ਇੱਥੇ ਤੇ ਕੱਖ ਵੀ ਨਹੀਂ ਲੱਭਦਾ ਸਰ ਤੂੰ ਇੱਕ ਸਾਈਡ ਤੇ ਲਾਉਂਦਾ ਦੂਜੀ ਸਾਈਡ ਤੇ ਇੱਕੋ ਬੰਦੇ ਨੇ ਪੂਰੀ ਇੱਥੇ ਲਾ ਲਾ ਰੱਖੀ ਜਾਣੀ ਹੈ ਹਾਂਜੀ ਕੀਤਾ ਨਾ ਆਹ ਜਿਹੜੀ ਡੀ ਗਰਾਊਂਡ ਵਾਲੀ ਕੰਧ ਦੇ ਅੰਦਰ ਪਾਰਕ ਸੀ ਉਹ ਕਿਤੇ ਰਾਤੀ ਕਰੈਕਟਰ ਨੇ ਅੰਦਰ ਅੰਦਰਲੀ ਸਾਈਡ ਤੇ ਖਲੋ ਕੇ ਸਾਰੀਆਂ ਲਾ ਕੇ ਤੇ ਵੇਚਦੀਆਂ ਹਾਂਜੀ ਉਹਨੇ ਉੱਥੋਂ ਲਾ ਕੇ ਪਰੇ ਫੱਟੇ ਤੇ ਲਾਈਆਂ 40-40 ਰੁਪਏ ਅਹਿਸਾਸ ਦੀਵਾਰ ਉਹਦਾ ਨਾਮ ਜਿਹੜਾ ਉੱਥੇ ਲਾ ਕੇ ਗਿਆ ਸੀ ਉਹ ਚੈੱਕ ਕਰ ਰਿਹਾ ਯਾਰ ਹੁਣ ਦੁਬਈ ਦੇ ਵਿੱਚ ਨਾ ਜਿਹੜੀਆਂ ਵੱਡੀਆਂ ਬਿਲਡਿੰਗਾਂ ਨੇ ਕਈ ਉਹਨਾਂ ਦੇ ਥੱਲੇ ਸਟੀਲ ਦੇ ਬਾਕਸ ਪਏ ਹੁੰਦੇ ਨੇ ਯਾਨੀ ਉੱਥੇ ਇਹ ਨਹੀਂ ਹੈਗਾ ਸਿਸਟਮ ਸਟੀਲ ਦੇ ਬਾਕਸ ਪਏ ਨੇ ਉਹਦੇ ਵਿੱਚ ਤੁਸੀਂ ਸਿੱਟ ਦਿਓ ਕੱਪੜਾ ਆਪਣਾ ਉਹ ਕੋਈ ਬੰਦਾ ਜਾਂਦਾ ਉਹ ਦੇਖਦਾ ਫੋਲ ਕੇ ਜਿਹੜੀ ਉਹਨੂੰ ਪੂਰੀ ਹੁੰਦੀ ਲੈ ਜਾਂਦਾ ਚੰਗੀ ਤਰ੍ਹਾਂ ਫੋਲ ਫੂਲ ਕੇ ਬੂਹਾ ਖੜਕਾ ਕਹਿੰਦਾ ਯਾਰ ਕੋਈ ਕਾਰਟਨ ਚ ਨਹੀਂ ਆਇਆ ਸੂ ਭਾਜੀ ਚ ਕੋਈ ਹੋਰ ਰੰਗ ਹੈਗਾ ਇਹ ਜਾਂਦਾ ਉੱਥੇ ਬਈ ਜਿਹੜੀ ਇਹਨੇ ਸ਼ਰਟ ਲਾਉਣੀ ਹੁੰਦੀ ਆ ਉਹ ਜਿਹੜੀਆਂ ਵਿੱਚ ਪਈਆਂ ਹੁੰਦੀਆਂ ਸਾਰੀਆਂ ਉਹਦੇ ਨਾਲੋਂ ਨਵੀਆਂ ਹੁੰਦੀਆਂ ਇਹ ਆਪਣੀ ਉੱਥੇ ਲਾ ਕੇ ਤੇ ਜਿਹੜੀ ਵੀ ਚੁੱਕੇ ਉਹਦੇ ਨਾਲੋਂ ਚੰਗੀ ਹੁੰਦੀ ਉਹ ਪਾ ਕੇ ਆ ਜਾਂਦੇ ਸਾਡੀ ਇੱਕ ਬੰਦਾ ਬੋਕਸ ਤੇ ਸ਼ਾਇਦ ਸੁੱਟਣ ਲੱਗਾ ਇਹ ਉਹਦੇ ਲਾਗੇ ਨਾ ਸੁੱਟੀ ਕਹਿੰਦਾ ਮੈਂ ਬੈਠਾ ਗਿਆ ਦੀਵਾਰੇ ਅਹਿਸਾਸ ਤੇ ਇੱਕ ਬੰਦੇ ਨੇ ਕੱਪੜੇ ਲਾਏ ਕਿ ਕੋਈ ਜ਼ਰੂਰਤਮੰਦ ਲੈ ਜੇ ਇਹਨੇ ਨਹਿਸ਼ ਨੇ ਲਾ ਕੇ ਸਾਰੇ ਭਾਂਡੇ ਆ ਗਏ ਕੱਪੜੇ ਭਾਂਡੇ ਨਹੀਂ ਦਿੰਦੇ ਜਿਹੜੇ ਪਹਿਲੇ ਦੀਵਾਰੇ ਅਹਿਸਾਸ ਤੇ ਸਾਜੀ ਇੱਕ ਬੰਦੇ ਨੇ ਕੱਪੜੇ ਲਾਏ ਇਹਨੇ ਉੱਥੇ 250-250 ਰੁਪਏ ਵਾਲਾ ਬੋਰਡ ਲਾਤਾ ਸੇਲ ਸੇਲ ਉਹਦੇ ਉੱਤੇ ਹੀ ਉਹਨਾਂ ਦੇ ਉੱਤੇ ਨਾਲ ਖਲੋਤਾ ਵਾ ਇੱਕ ਬੰਦਾ ਜਿਹੜੇ ਬਾਕਸ ਨੀ ਥੱਲੇ ਰੱਖਦੇ ਦਵਾਈ ਉਹ ਬੰਦਾ ਸ਼ਰਟ ਪਾ ਕੇ ਸੋਹਣੀ ਜੀ ਆਉਂਦੇ ਆ ਤੇ ਉਹਨੂੰ ਆਵੇ ਇਸ਼ਾਰਾ ਕਰੀ ਜਾ ਉਹ ਬਾਕਸ ਜੀ ਉਹ ਬਾਕਸ ਚੁੱਕ ਕੇ ਅੱਗੇ ਕਰ ਇਹਦੇ ਚ ਪਾ ਦੇ ਇਹਨੇ ਸਾਜੀ ਸਾਸ ਦੀਵਾਰ ਵੀ ਬਣਾਈ ਜਿਹੜੀ ਤਾਰ ਤੇ ਕੱਪੜੇ ਪਾਏ ਨਾ ਉਧਰੋਂ ਕਰੰਟ ਵੀ ਛੱਡਿਆ ਉਹ ਜਿਹੜਾ ਤਾਰ ਤੋਂ ਲਾਉਣ ਲੱਗਦਾ ਨਾਲ ਮਰੀ ਜਾਂਦੇ ਜੁੱਤੀਆਂ ਦਾ ਵੀ ਹੁੰਦਾ ਇਸ ਤਰ੍ਹਾਂ ਸ਼ੂਜ਼ ਵੀ ਸਮਾਨ ਘਰਾਂ ਦਾ ਵਿਦ ਫਰਨੀਚਰ ਫਰਿੱਜਾਂ ਜਾਂ ਕੁਛ ਵੀ ਹੁੰਦਾ ਤੇ ਉਹਨਾਂ ਨੇ ਵਿਚਕਾਰ ਇੱਕ ਸੜਕ ਦੇ ਰੱਖ ਦੇਣਾ ਹੁੰਦਾ ਜਿਹੜੀ ਗਲੀਆਂ ਟਾਈਪ ਸੜਕਾਂ ਹੁੰਦੀਆਂ ਨਾ ਉਹਨਾਂ ਦੇ ਵਿਚਕਾਰ ਕਿ ਉਹ ਜਨਾਬ ਜਿਹਨੂੰ ਜ਼ਰੂਰਤ ਉਹ ਲੈ ਬੜੇ ਬੜੇ ਖੂਬਸੂਰਤ ਬੈੱਡ ਬੜੀ ਬੜੀ ਕਰੋਕਰੀ ਦਾ ਬੜਾ ਸਮਾਨ ਲੋਕ ਇੰਨੇ ਚੁੱਕਿਆ ਉੱਥੋਂ ਸਮਾਨ ਇਹਨੂੰ ਚੰਗੇ ਛਿੱਤਰ ਪਏ ਉਹ ਕਹਿੰਦੇ ਅਸੀਂ ਤੇ ਮਕਾਨ ਚੇਂਜ ਕਰਨ ਇਹਦੇ ਦੁੱਖੋਂ ਜਿਹੜੇ ਬਾਕਸ ਵਾਲੇ ਨੀ ਉਹ ਕੱਪੜੇ ਰੱਖ ਕੇ ਜਾਂਦੇ ਉਹਨਾਂ ਵਿੱਚ ਕਿਤੇ ਕੁੱਤਾ ਛੱਡਿਆ ਸ਼ਰਟ ਕੀਤੀ ਕੁੱਤੇ ਨੇ ਪਾਲ ਲਿਆ ਬੰਦੇ ਦਾ ਲੱਗਾ ਪੰਪ ਬਾਹਰ ਇਹਨੇ ਖੋਲ ਲਿਆ ਕਹਿੰਦਾ ਮੈਂ ਸਮਝਿਆ ਪਤਾ ਨੀ ਮੈਂ ਸਮਝਿਆ ਪਤਾ ਨੀ ਇਹਨਾਂ ਨੇ ਬਾਹਰ ਕਰ ਮਾਮਾ ਪੂਰੀ ਗਲੀ ਦੇਖ ਸਾਰੇ ਤੇ ਬਾਹਰ ਲੱਗੇ ਉਹ ਸਾਬਣ ਲੱਗਾ ਬੰਦੇ ਨੂੰ ਗਲੀ ਚ ਇਹ ਵੀ ਸਾਜੀ ਇੱਕ ਜਗ੍ਹਾ ਤੋਂ ਸਮਾਨ ਚੱਕ ਕੇ ਤੁਰਨ ਲੱਗਾ ਉਹਨਾਂ ਨੇ ਫੜ ਕੇ ਉਹਨੂੰ ਭੰਨਿਆ ਉਹ ਕਹਿੰਦੇ ਬੇਟੇ ਸਾਡੀ ਬੱਚੀ ਦਾ ਜਹੇਜ਼ ਆਇਆ ਤੂੰ ਵੀ ਕਿਹੜਾ ਕੰਮ ਸ਼ੁਰੂ ਕਰਤਾ ਬਾਹਰ ਦੇ ਮੁਲਕ ਉਹ ਸਿਸਟਮ ਦੇਖਿਆ ਨਾ ਤੇ ਇਹ ਤੋਂ ਕੋਠੀਆਂ ਅੱਗੋਂ ਸਿਲੰਡਰ ਚੁੱਕੀ ਜਾ ਰਿਹਾ ਪਤਾ ਨੀ ਬਾਹਰ ਕੱਢਤੇ ਇਹਨਾਂ ਨੇ ਅਹਿਸਾਸ ਦੇ ਵਾਰ ਸੀ ਇਹਨੇ ਛੋਟਾ ਜਿਹਾ ਨਾਲ ਜ਼ੁਲਮ ਬਾਕਸ ਵੀ ਬਣਾਇਆ ਉਹਦੇ ਚੋਂ ਕਿਚੀ ਦੱਸ ਯਾਰ ਇਹ ਕਿਆ ਸੀਗਾ ਉਸਤਾਦ ਜੀ ਵੈਸੇ ਮੈਂ ਸੋਚਣਾ ਜੁੱਤੀਆਂ ਵਾਲਾ ਕੰਮ ਆ ਸਾਡੇ ਤੇ ਮਾਸ਼ਾਅੱਲਾ ਬੜਾ ਮਸ਼ਹੂਰ ਹੋਇਆ ਨਾ ਮਸਜਿਦ ਚੋਂ ਜੁੱਤੀ ਚੁੱਕੀ ਜਾਣੀ ਬੜੀਆਂ ਬੜੀਆਂ ਜਗ੍ਹਾ ਤੋਂ ਜੁੱਤੀਆਂ ਚੁੱਕਣ ਦਾ ਯਾਨੀ ਪੂਰੇ ਗੋਰਿਆਂ ਦੇ ਵਿੱਚ ਵੀ ਰਿਵਾਜ਼ ਆ ਅੱਛੀ ਜੁੱਤੀ ਕਿਤੇ ਵੀ ਪਈ ਹੋਈ ਵੇਖੀ ਹੈ ਨਾ ਕਿਸੇ ਜਗ੍ਹਾ ਤੇ ਕਿਸੇ ਨੇ ਪਰਲਾਈ ਤੇ ਉਹ ਲੈ ਜਾਂਦੇ ਰਹੇ ਨੇ ਲੋਕ ਸਿਰਫ ਉਹ ਇੱਥੇ ਸਾਨੂੰ ਲੱਗਦਾ ਕਿ ਜਿਵੇਂ ਅੱਛਾ ਕੈਸੀ ਗੱਲ ਆ ਉਹਨਾਂ ਦੀ ਬਦਕਿਸਮਤੀ ਚੈੱਕ ਕਰ ਜਿਹੜੇ ਚੰਗੀ ਜੁੱਤੀ ਚੁੱਕ ਲੈਂਦੇ ਨੇ ਹਾਂਜੀ ਉਹ ਪਾ ਵੀ ਨਹੀਂ ਸਕਦੇ ਕਿਉਂਕਿ ਉਹ ਪਾਉਣ ਤੇ ਸਾਰਾ ਮੱਲਾ ਉਹਨਾਂ ਨੂੰ ਜ਼ਲੀਲ ਕਰਦਾ ਇਹ ਤੂੰ ਕਿਤੇ ਚੁੱਕੀ ਹੈ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਯਕੀਨ ਨਹੀਂ ਹੁੰਦਾ ਵੀ ਇਹ ਪਾ ਸਕਦਾ ਉਹਨੂੰ ਯਕੀਨ ਨਾ ਲੱਗੇ ਕਿਤੇ ਵੇਚਣੀ ਪੈਂਦੀ ਹੁਣ ਕਚਹਿਰੀ ਬਾਜ਼ਾਰ ਇੱਕ ਬੰਦਾ ਸਾਜੀ ਇਹਨੇ ਸਾਜੀ ਟੁੱਟੀ ਜੁੱਤੀ ਇੱਕ ਪਾਈ ਉਹਨਾਂ ਕਿਹਾ ਨਹੀਂ ਤੂੰ ਇਹ ਵੀ ਚੁੱਕੀ ਆਹੋ ਉਹ ਹੀ ਕਹਿ ਰਿਹਾ ਨਾ ਮੈਨੂੰ ਕਚਹਿਰੀ ਬਾਜ਼ਾਰ ਇੱਕ ਬੰਦਾ ਸਾਜੀ ਉਹ 400-400 ਰੁਪਏ ਦੀ ਜੁੱਤੀ ਦਿੰਦਾ ਵਾ 600 ਰੁਪਏ ਦੀ ਖੇੜੀ ਦਿੰਦਾ ਤੇ ਉੱਥੇ ਮਸਜਿਦ ਹੈਗੀ ਨਾ ਜਾਮਿਆਂ ਗਲੀ ਦੇ ਵਿੱਚ ਮਸਜਿਦ ਜਿਹੜੀ ਉੱਥੇ ਤੁਹਾਨੂੰ ਪਤਾ ਸਰਮਾਏਦਾਰ ਲੋਕ ਹੀ ਆਉਂਦੇ ਆ ਉਹਨਾਂ ਦੀ ਉਹਨੇ ਜੁੱਤੀ ਚੱਕਣੀ ਆ ਦਿਹਾੜੀ ਚ ਉਹਨੇ 3-4 ਜੁੱਤੀਆਂ ਚੱਕਣੀਆਂ ਦਿਹਾੜੀ ਲਾ ਕੇ ਘਰ
ਹੈਸ਼ ਪੱਪੀ ਦੀਆਂ ਜੁੱਤੀਆਂ ਖੇੜੀਆਂ ਤੇ ਬੂਟ ਤੇ ਜੋਗਰ ਆਲਾ ਕਿਸਮ ਦੇ ਸਾਜ ਜੀ ਤਿੰਨ ਵਾਰੀ ਮੈਂ ਭੁੱਲੇ ਦੱਸ ਕੇ ਭੇਜਿਆ ਸੱਤ ਲੰਬਰ ਪਿਆਰ ਆ ਲੰਬਰ ਪੱਪੀ ਛਾਲਿਆਂ ਦੀ ਸੱਤ ਲੰਬਰ ਵਾਲਾ ਕੋਈ ਨਮਾਜ਼ੀ ਆਵੇ ਤੇ ਮੈਨੂੰ ਇਹ ਵੀ ਭਾਈ ਚੋਰੀ ਦੀ ਜੁੱਤੀ ਪਾ ਕੇ ਬਲਕਿ ਉਹ ਤੇ ਉਸ ਮਸਜਿਦ ਤੇ ਨਮਾਜ਼ੀ ਜਿਹੜੇ ਆ ਨਾ ਉਹ ਇੰਨੇ ਯੂਜ਼ਡ ਹੋ ਗਏ ਉਹ ਜੁੱਤੀ ਉਹਦੀ ਦੁਕਾਨ ਤੇ ਲਾ ਕੇ ਤੇ ਅੱਗੋਂ ਟੁੱਟੀ ਪਾ ਕੇ ਨਮਾਜ਼ ਪੜ੍ਹ ਚਲੇ ਗਏ ਉਹਨਾਂ ਨੂੰ ਪਤਾ ਇੱਥੇ ਹੀ ਆਉਣੀ ਉਹਨਾਂ ਨੇ ਕਿਹਾ ਬੇਟਾ ਤੈਨੂੰ ਨੀ ਕਮਾਈ ਕਰਨ ਦੇਣੀ ਅਸੀਂ ਡਾਇਰੈਕਟ ਉਹਨੂੰ ਦੇ ਦਿਆਂਗੇ ਲਾਹੌਰ ਕਿਉਂਕਿ ਕੱਲ ਅਸੀਂ ਆਣ ਡੇ ਤੇ ਸਤਾਜੀ ਦੁਕਾਨਾਂ ਹੁੰਦੀਆਂ ਨਾ ਇੱਕ ਸਾਈਡ ਤੇ ਜੁੱਤੀਆਂ ਵਾਲੀਆਂ ਮੂਨ ਮਾਰਕੀਟ ਸ਼ਾਇਦ ਇਹ ਕਿਹੜੀ ਮਾਰਕੀਟ ਕਰੀਮ ਮਾਰਕੀਟ ਕੋਈ ਏਦਾਂ ਕਰੀਮ ਬਲਾਕ ਕਰੀਮ ਬਲਾਕ ਤੇ ਉਹ ਨਾ ਜੁੱਤੀਆਂ ਵਾਲੀ ਕਾਫੀ ਦੁਕਾਨਾਂ ਆਈਆਂ ਤੇ ਹੁਣ ਮੈਂ ਸ਼ਹਿਜ਼ਾਦ ਕੋਲ ਕਹਿੰਦਾ ਯਾਰ ਜੁੱਤੀਆਂ ਵਾਲੀਆਂ ਮੈਂ ਕਿਹਾ ਨਹੀਂ ਨਹੀਂ ਇਹ ਬਾਂਦਰ ਕਿਲੇ ਵਾਲੀਆਂ ਦੁਕਾਨਾਂ ਅੱਜ ਨੋਨੀ ਨੀ ਆਇਆ ਯਾਰ ਨੋਨੀ ਸਾਜੀ ਉਹ ਨਹੀਂ ਆਇਆ ਉਹ ਰਾਤ ਦਾ ਬੋਲ ਬੋਲ ਕੇ ਥੱਕਿਆ ਸਾਜ ਓਏ ਮੇਰੇ ਮੌਲਾ ਓਏ ਯਾਰ ਉਹ ਕੀ ਬੋਲਦਾ ਗੱਡੀ ਚ ਯਾਰ ਪਾਗਲ ਹੋ ਗਿਆ ਇਹਦੇ ਅੰਦਰ ਕੋਈ ਦਿਮਾਗ ਚ ਨਾ ਇਹਦੇ ਕੋਈ ਰੌਲਾ ਵਾ ਯਕੀਨ ਕਰ ਬੋਲੀਆਂ ਬੋਲਣ ਲੱਗ ਪਿਆ ਲੁਧਿਆਣੇ ਦੀ ਫਲਾਣੇ ਦੀ ਉਹ ਇੱਦਾਂ ਕਹਿੰਦੇ ਨੇ ਉਹ ਇੱਦਾਂ ਕਹਿੰਦੇ ਨੇ ਫਤਿਹਗੜ੍ਹ ਦੇ ਇੱਦਾਂ ਬੋਲਦੇ ਨੇ ਅੰਮ੍ਰਿਤਸਰ ਦੇ ਇੱਦਾਂ ਬੋਲਦੇ ਨੇ ਠੀਕ ਆ ਜੀ ਉਹ ਭਾਈ ਇਹਨੂੰ ਜੁੜ ਗਿਆ ਕਦੀ ਉਹਨੂੰ ਜੁੜੇ ਤੁਸੀਂ ਤਾਂ ਤੁਸੀਂ ਤੇ ਉਹ ਨੀ ਫਲਾਣਾ ਤੁਸੀਂ ਲੁਧਿਆਣੇ ਕਹਿੰਦਾ ਇਹ ਕਈ ਕਹਿੰਦੇ ਲੁਧਿਆਣਾ ਕਈ ਕਹਿੰਦੇ ਲੁਧਿਆਣਾ ਜਿਹੜੇ ਲੁਧਿਆਣਾ ਕਹਿੰਦੇ ਹੁੰਦੇ ਆ ਠੀਕ ਆ ਨਾ ਜਿਹੜੇ ਲੁਧਿਆਣੇ ਵਾਲੇ ਆ ਉਹ ਆਪਣੇ ਚਾਚਿਆਂ ਦੇ ਤਾਇਆਂ ਦੇ ਕੁੜੀਆਂ ਨਾਲ ਵਿਆਹ ਨਹੀਂ ਕਰਦੇ ਉਹਨਾਂ ਨੂੰ ਭੈਣਾਂ ਸਮਝਦੇ ਆ ਜਿੱਦਾਂ ਸਾਡੀ ਸਿੱਖ ਬਰਾਦਰੀ ਚ ਨਾ ਉਹ ਕਹਿੰਦਾ ਜਿਹੜੇ ਕੋਈ ਮੁਸਲੇ ਵੀ ਆ ਨਾ ਲੁਧਿਆਣੇ ਦੇ ਲੁਧਿਆਣੇ ਵਾਲੇ ਨਹੀਂ ਕਰਦੇ ਤੁਸੀਂ ਉਹ ਆ ਮੰਨ ਜਾ ਤੂੰ ਤੁਸੀਂ ਕਿਉਂ ਨੀ ਕਰਦੇ ਮੈਨੂੰ ਪਤਾ ਵੀ ਨਹੀਂ ਇਹਨੂੰ ਪਤਾ ਹੀ ਨਹੀਂ ਓਏ ਯਾਰ ਉਹਨੇ ਜਿਹੜੀ ਜਾਨ ਖਾਧੀ ਇੱਥੇ ਤੱਕ ਮੈਂ ਖਿੱਚ ਗਿਆ ਮੈਂ ਕਿਹਾ ਯਾਰ ਮੇਰੀ ਗੱਲ ਸੁਣ ਮੈਂ ਤੈਨੂੰ ਆਪਣੇ ਚਾਚੇ ਦਾ ਮੁੰਡਾ ਸਮਝ ਲੈਣਾ ਦੱਸ ਮੈਨੂੰ ਦੇਰਾ ਨਾ ਕਰ ਮੇਰੇ ਨਾਲ ਕੀ ਬੈਸਤ ਹੈ ਮੈਂ ਤੇਰੇ ਤਾਏ ਦਾ ਮੁੰਡਾ ਵਾ ਓਏ ਯਾਰ ਉਹ ਨਹੀਂ ਹਟਿਆ ਸਾਹ ਸਾਡੀ ਤੋਂ ਨਾ ਇੱਕ ਨਵਾਂ ਟਾਪ ਟੂਲ ਉਹਨੂੰ ਕਿਸ ਦਿਨ ਇੱਥੇ ਬਾਹਰ ਕਰਾਂ ਮੈਂ ਇਹਨੂੰ ਐਵੇਂ ਤੂੰ ਉਹਨੂੰ ਨਾ ਵੀ ਰੇਸ ਕਰ ਦੇਣਾ ਜ਼ਰਾ ਨਾਦਰ ਇਹਨੂੰ ਦਹਾਈਏ ਵੀ ਕੀ ਆਈਟਮ ਕਰਦਾ ਉਹ ਕਿਉਂ ਹੋਏ ਸਰ ਤੂੰ ਉਹਨੂੰ ਕਹਿਣਾ ਤੁਸੀਂ ਮਾੜੇ ਹੋ ਨੋਨੀ ਟੋਲ ਪਲਾਜ਼ੇ ਤੋਂ ਤੇ ਗੱਲ ਕੀ ਹੋਈ ਹੈ ਕਿ ਅਸੀਂ ਕਿਹਾ ਜੀ ਇਹ ਤੇ ਪਹਿਲੋਂ ਨਹੀਂ ਸੀ ਹੈ ਇਹ ਤੇ ਕਹਿੰਦਾ ਭਾਜੀ ਇਹ ਬਸ ਪਰਸੋਂ ਹੀ ਪਹਿਲੇ ਪਰਸੋਂ ਹੀ ਕਹਿੰਦਾ ਤਿੰਨ ਚਾਰ ਦਿਨ ਹੋਏ ਆ ਪਹਿਲਾਂ ਹੀ ਜਿੱਥੋਂ ਆਪਾਂ ਵਿਸਤਾਰ ਕੀਤਾ ਤੇ ਹੁਣ ਨੋਨੀ ਨੂੰ ਪਤਾ ਲੱਗਿਆ ਵੀ ਇਹ ਨਵਾਂ ਬਣਿਆ ਤੇ ਨੋਨੀ ਨਾ ਸ਼ੀਸ਼ਾ ਵੀ ਉੱਤੇ ਹੈ ਚੜਿਆ ਸ਼ੀਸ਼ਾ ਤੇ ਉਹਨੂੰ ਉੱਥੋਂ ਹੀ ਗੱਲਾਂ ਕਰੀਏ ਓਏ ਆ ਤਾਂ ਹੈ ਹੀ ਨਹੀਂ ਮੈਂ ਤਾਂ ਕੱਲ ਗਿਆ ਇਥੋਂ ਇਹਨੇ ਕਿੰਨਾ ਬਣਾ ਛੜਿਆ ਭਾਈ ਸੁਣ ਗਿਆ ਉਹਨੂੰ ਗਾਣਾ ਮੈਂ ਲਾਤਾ ਮੈਡਮ ਦਾ ਅੱਖ ਲੜੀ ਮਤਲਬ ਕਹਿੰਦੀ ਆ ਸੁਣ ਜਾਣਾ ਆ ਤਰਾ ਲਪਲਾ ਆ ਆ 3-2 ਆ ਆ 2-3 ਤੇ ਡਬਲ ਤਾੜੀ ਮਾਰ ਰਹੇ ਆਹੋ ਤੇ ਬਾਹਰ ਆਣ ਕੇ ਗਲਤ ਕਰਕੇ ਗਈ ਓਏ ਹੋਏ ਹੋਏ ਆਹੋ ਮੈਂ ਕਿਹਾ ਦੋਨੇ ਅੱਛਾ ਹੁਣ ਬਹਿੰਦੇ ਹੀ ਨਾ ਜਦੋਂ ਇਹਨੇ ਕਿਹਾ ਨਾ ਗੱਡੀ 'ਚ ਇਹਨੇ ਕਿਹਾ ਉਸਤਾਦ ਜੀ ਨੋਨੀ ਨੂੰ ਤੁਸੀਂ ਬੋਲੋ ਇਹ ਬਹੁਤ ਬੋਲਦਾ ਅਤੇ ਉਹਨੇ ਥੋੜ੍ਹਾ ਜਿਹਾ ਨਾ ਅਸਰ ਲਿਆ ਇਸ ਗੱਲ ਦਾ ਅਤੇ ਬਹਿ ਕੇ ਨਾ ਹਾਲੇ ਅਸੀਂ 2-3 ਕਿਲੋਮੀਟਰ ਕਹਿੰਦਾ ਉਸਤਾਦ ਜੀ ਮੈਂ ਵੈਸੇ ਵਾਕਈ ਜ਼ਿਆਦਾ ਬੋਲਦਾ ਹਾਂ ਅਤੇ ਮੈਂ ਕਿਹਾ ਨਹੀਂ ਯਾਰ ਭਾਈ ਜੀ ਅੱਗੋਂ ਗਾਣਾ ਲੱਗਾ ਵਾ ਸ਼ੁਰੂ ਨੋਨੀ 'ਚ ਕੋਈ ਚੀਜ਼ ਹੀ ਆਈ ਹੈ ਚੀਜ਼ ਨਹੀਂ ਉਸਤਾਦ ਜੀ ਤੁਸੀਂ ਉਹਨੂੰ ਸ਼ੁਰੂ ਕਰਾਇਆ ਨਹੀਂ ਨਹੀਂ ਕੋਈ ਚੀਜ਼ ਆਈ ਆ ਓਏ ਕਿਸ ਕਿਸਮ ਦਾ ਸ਼ੁਰੂ ਹੋਇਆ ਮੈਂ ਮੋਟਰਵੇ 'ਤੇ ਚੜ੍ਹ ਕੇ ਮੈਂ ਇਹਨੂੰ ਫੋਨ ਕੀਤਾ ਮੈਂ ਕਿਹਾ ਯਾਰ ਤੂੰ ਨਹੀਂ ਸੀ ਉਹਨੂੰ ਲੈ ਕੇ ਜਾਣਾ ਤੂੰ ਰਹਿਣ ਦਿੰਦਾ ਤੂੰ ਉਹਦੇ 'ਤੇ ਇਲਜ਼ਾਮ ਕੋ ਲਾਇਆ ਕਿ ਵੀ ਉਹ ਬੋਲਦਾ ਅਤੇ ਇਸ ਦੌਰਾਨ ਵੀ ਉਹ ਬੋਲ ਰਿਹਾ ਵਾ ਮੇਰਾ ਦਿਲ ਕਰੇ ਮੈਂ ਇਹਦੀ ਆਡੀਓ ਰਿਕਾਰਡ ਕਰਕੇ ਟੀ ਟਾਈਮ 'ਚ ਚਲਾਵਾਂਗੇ ਯਾਰ ਨੋਨੀ ਚੈੱਕ ਕਰੋ ਕਰ ਕੀ ਰਿਹਾ ਕਿੱਧਰ ਦੀ ਗੱਲ ਕਿੱਧਰ ਵਿੱਚੇ ਹੀ ਖੇੜੇ ਵਿੱਚੇ ਹੀ ਲੁਧਿਆਣਾ ਗਾਣੇ ਵੀ ਗਾਈ ਜਾ ਰਿਹਾ ਗਾਣੇ ਵੀ ਗਾਈ ਜਾ ਰਿਹਾ ਉਹਨੇ ਨਾ ਇੱਥੋਂ ਤਿੱਕਰ ਕੇ ਮੈਂ ਉਹਨੂੰ ਅਸੀਂ ਸਾਰੇ ਹੀ ਉਹਨੂੰ ਗਾਲਾਂ ਕੱਢਣ ਲੱਗ ਪਏ ਹਾਂ ਖਿੱਚ ਕੇ ਤੇ ਉਹ ਹੁਣ ਨਾ ਥੋੜੀ ਦੇਰ ਕਹਿੰਦਾ ਅੱਛਾ ਭਾਈ ਜੇ ਤੁਸੀਂ ਗੁੱਸਾ ਕਰਦੇ ਆ ਤਾਂ ਨਹੀਂ ਬੋਲਣਾ ਮੈਂ ਕੀ ਬੋਲ ਮੈਂ ਕਿਹਾ ਚਲੋ ਇੱਦਾਂ ਹੀ ਮੈਂ ਕਿਹਾ ਨੋਨੀ ਗੁੱਸਾ ਹੀ ਕਰ ਜਾ ਤੂੰ ਕਿਤੇ ਖਿੱਚ ਹੀ ਜਾ ਵੀ ਯਾਰ ਮੈਂ ਨਹੀਂ ਬੋਲਣਾ ਨਹੀਂ ਸਾਜੀ ਹੁਣ ਇੱਕ ਮਿੰਟ ਦਾ ਪੌਜ਼ ਆਇਆ ਤੇ ਅਸੀਂ ਸਾਰੇ ਰਿਲੈਕਸ ਸਮੂਥ ਹੋ ਗਿਆ ਮਾਹੌਲ ਸਲਮਾਨ ਹੁਣ ਅਸੀਂ ਪਹਿਲਾਂ ਪਤਾ ਕਿੱਦਾਂ ਉਹ ਬੋਲਦਾ ਸੀ ਤੇ ਗੱਲ ਕਰਦੇ ਉਹ ਸਲਮਾਨ ਭਾਈ ਏਦਾਂ ਦੀ ਏਦਾਂ ਸਾਨੂੰ ਵੀ ਗੱਲ ਕਰਨੀ ਪੈਂਦੀ ਤੇ ਹੁਣ ਪੌਜ਼ ਆਇਆ ਤੇ ਮੈਂ ਤੇ ਸਲਮਾਨ ਗੱਲ ਕਰਨ ਡੇ ਕਿ ਯਾਰ ਇੱਥੋਂ ਇੰਜਨ ਮੁੜੀਏ ਨਾ ਏਦਾਂ ਦੱਸਣ ਡਿਆ ਏਦਾਂ ਦੱਸ ਆਹ ਗੱਲ ਹੋਈ ਹੈ ਤੇ ਪਿੱਛੋਂ ਆਵਾਜ਼ ਆਈ ਓਏ ਆ ਤਾਂ ਰਸਤਾ ਹੀ ਹੋ ਨਹੀਂ ਜਿੱਦ ਉਹ ਮੇਰੇ ਮੌਲਾ ਸਲਮਾਨ ਕਹਿੰਦਾ ਮੇਰੀ ਕੈਸੀ ਗੁੱਡ ਲੱਕ ਰਹੀ ਨਾ ਮੈਂ ਜਾਂਦੀ ਵਾਰੀ ਉਹ ਸਾਡੇ ਨਾਲ ਸੀ ਆਹੋ ਯਾਰ ਆਹ ਮਾੜਾ ਕੰਮ ਸੀ ਵਾਪਸੀ ਤੇ ਮੇਰਾ ਹੀ ਸਿਰ ਦੁਖਿਆ ਹੋਵੇ ਹੁਣ ਲੇਕਿਨ ਉਸਤਾਦ ਜੀ ਉਹਨੇ ਨੈਸ਼ ਨੇ ਵਿੱਚ ਨਾ ਇੱਕ ਆਈਟਮ ਸ਼ੁਰੂ ਕੀਤੀ ਗਾਣਿਆਂ ਲਈ
उफ खुली वाच ना उन्हें कोई राग कोई कोई इन्हें चीज मजा कराता उन्हें जानते हैं भी जानते हैं उन्हें कोई कसीदे पढ़े ने कोई उन्हें जड़ी जड़ी उन्हें नात आंदी कसीदे उन्हें ना सारे ही पढ़ते ने साजी मैनू सर्दी बहुत लग रही है चलिए फिर छित्र मार ला कर नहीं वो फिर कोई मारे तो फिर होना एदा नहीं इलाज एदा है अगले बंदे को हां जी अंदरों ना मैनू फील हो रहा है कि जिद्दां मेरा दिमाग उबड़ रहा बस भाई जान तुहानू मैं कहा कि तुसी आ जिहड़ा तुहाडे लत्त नू मसला ना तुसी कर ही कुछ नहीं रहे तुसी सलमान दे नाल जाओ हुण पाइन फैसल हॉस्पिटल या कितने उतो जाके चैकअप कराओ वो तुहानू इंजैक्शन लाउणगे एंटीबायोटिक लाउणगे ठीक है जी तो तुहानू मैडिसन देणगे वो फिर तुहानू ठीक होना हाँ जी यह जो कह रहे ना मेरी अखा इदा तुहानू कोई इनफेक्शन जिहड़ा ना चढ़ रहा है एवं तेरी मेहरबानी है निजाम तेरे होया जो भी तोड़ हो जो भी गाची लो उ गाची मलन जेबी दे एक लसन की जेरी एक दाना पर पूरी नहीं ताजी एक जेरा होंगे हाँ लसन एक दाना वो तू पर रख ला ते एक ना मिठे चौलां दे विच ताजी बेंटा जिहा पैंदा हुंदा है मुरब्बा जिहा हाँ मुरब्बा जिहा रात नूं सौ के पी जा हाँ खा के ते पी के ते सो जा सही गल है जिहड़ा तू कहिंदा सी स्टील दे पैप नूं दंदी वड्डण यार किड्डा मजेदार सवाल सी कि तू निहारमू किन्ने अंडे खा सकदा उबले मैं निहारमू उबले निहारमू उबले अंडे तू किन्ने खा सकदा मैं चार पांच खा सकदा तू किन्ने खा सकदा नमक ला के या गोली कट के या करके मतलब ज्यादा ज्यादा किन्ने दफ्तर जी मैं एक बंदे नूं देखिया निहारमू तू सिर्फ एक अंडा खाना दूजा अंडा फिर निहारमू नहीं रहना क्रिकेटर अंडे आउट होंगे अंडे खा जाते दरख्तां ते चढ़ गया मैं की करने कहिंदा तोतियां दे अंडे लभ रहे यार बच्चियां नूं पेपरां च मिले ओह वी तलते उन्हें ताजी ने वाकर ले लिया वो एक्साइज दफ्तर ले के फिर पता नहीं चलता मैं नहीं मूंगी कहना नंबर लवाना है पिछला भी नहीं आना तू आज गया थोड़ी दूर लै गया उस्ताजी हैक हो गया इन्होंने ट्रैकर लवाया न्याणा चलोतर हो गया ट्रैकर लवाया न्याणा बाहर गया बंद हो गया न्याणा रोन दिया अगे जा जो जेड़ा बच्चा छोटा हुंदा ना छोटा बच्चा कदी भी वाकर चलाया गया ना तो पुट्ठी चलांदा वो अपनी उन्होंने पैर मारता थले तो पिछे नूं जाई जांदा
ਵਾਕਰ ਲਾਇਆ ਨਵਾਂ ਤੇ ਸੁਬਹ ਸੁਬਹ ਉਹਦਾ ਤੇਲ ਚੈੱਕ ਕਰਨ ਦੇ ਯਾਰ ਵਾਕਰ ਦਾ ਤੇਲ ਚੈੱਕ ਹੁੰਦਾ ਵਾ ਯਾਰ ਜਿੰਨਾ ਕੁਛ ਆ ਵਾਕਰ ਦਾ ਹੁੰਦਾ ਵਾ ਵਾਕਰ ਐਕਸਾਈਜ਼ ਦਫ਼ਤਰ ਜਾਂਦੀ ਹੈ ਇੰਨੇ ਹੀ ਪਾਈ ਗਏ ਸਾਜ ਐਕਸਾਈਜ਼ ਦਫ਼ਤਰ ਅੱਛਾ ਵਾਕਰ ਦੇ ਮਗਰ ਛੋਟਾ ਜਿਹਾ ਕੈਮਰਾ ਵੀ ਲਾਇਆ ਬੈਕ ਆਪਣੇ ਭਤੀਜੇ ਨੂੰ ਕਹਿਣ ਡਿਆ ਦੌਰ ਬਦਲ ਜਾਣਾ ਤੈਨੂੰ ਉੱਡਣ ਵਾਲੀ ਵਾਕਰ ਲੈ ਕੇ ਨਹੀਂ ਹੁਣ ਇਹ ਵੀ ਕਹਦੇ ਇੰਜਣ ਉਹਦਾ ਕਰਾਉਣ ਚਲ ਗਿਆ ਛੱਡ ਦਿਓ ਯਾਰ ਕਿਹੜੀ ਗੱਲ ਵਾਕਰ ਦਾ ਥੱਲੇ ਉਹ ਕੱਪੜਾ ਨੀ ਹੁੰਦਾ ਉਹਦੇ ਚ ਦੋ ਲੱਤਾਂ ਜਾਂਦੀਆਂ ਨਾ ਬੱਚੇ ਦੀਆਂ ਤੇ ਉਹ ਪਾੜ ਗਿਆ ਤੇ ਉਹਦੀ ਜਗ੍ਹਾ ਤੇ ਝਲੂੰਗੀ ਬਣਦੀ ਤੇ ਹੁਣ ਬੱਚੇ ਨੂੰ ਚੌਕੜੀ ਮਾਰ ਕੇ ਬਿਠਾਇਆ ਵਿੱਚ ਐਸਾ ਪਾ ਗਿਆ ਝਲੂੰਗੀ ਦਿੱਤੀ ਉਹ ਵਾਕਰ ਉਲਟ ਗਿਆ ਛੱਤ ਵਾਲਾ ਵਾਕਰ ਲਿਆਇਆ ਤੇ ਕਹਿੰਦਾ ਕੈਰੀ ਵਾਕਰ ਆਏ ਕੈਰੀ ਡੱਬੇ ਤੋਂ ਲਓ ਜੀ ਨਾਜ਼ਰੀਨ ਆਪਣਾ ਖਿਆਲ ਰੱਖੋ ਇਨਸ਼ਾਅੱਲਾ ਤਾਲਾ ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਰੱਬ ਰਾਖਾ ਜੀ।